संधु साहब, यूपी विधानसभा चोणों वास्ते पहले गेड़ दियां अज वोटां पै रहियां हैगियां। 11 जिलों 58 विधानसभा सीटां ते पोलिंग हो रही है, की जानकारी है? प्रवेश जी, पांच राज्यां जिन्हां दे विच इस वेले असैंबली चोणां होणियां ने, जिन्हां च पंजाब, उत्तर प्रदेश, उत्तराखंड, गोवा, मणिपुर शामिल ने, और जिहड़ा इस प्रक्रिया का आगाज है वह उत्तर प्रदेश तो हो रहा है, क्योंकि उत्तर प्रदेश बहुत वड्डा सूबा है, बहुत वड्डा राज है जी। और उहदी खासियत है इस गल दी कि उहदे विच 403 असैंबली सीटां ਤੇ 80 ਲੋਕ ਸਭਾ ਦੇ ਮੈਂਬਰ ਉੱਥੋਂ ਹਰ ਵਾਰ ਚੁਣ ਕੇ ਜਿਹੜੇ ਨੇ ਉਹ ਕੇਂਦਰ ਦੇ ਵਿੱਚ ਜਾਂਦੇ ਨੇ, ਔਰ ਜਿਸ ਜਿਹੜੀ ਵੀ ਪਾਰਟੀ ਨੇ ਕੇਂਦਰ 'ਚ ਸਰਕਾਰ ਬਣਾਉਣੀ ਹੈ ਉਹਦੇ ਵਾਸਤੇ ਜਿਹੜਾ ਯੂਪੀ ਦਾ ਗੜ੍ਹ ਹੈ, ਯੂਪੀ ਦਾ ਕਿਲਾ, ਇਹਨੂੰ ਫਤਿਹ ਕਰਨਾ ਬਹੁਤ ਜ਼ਰੂਰੀ ਹੁੰਦਾ। ਇਸ ਕਰਕੇ ਇਹਦੇ ਉੱਤੇ ਵੱਖ ਵੱਖ ਪਾਰਟੀਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਗੱਡੀਆਂ ਹੋਈਆਂ ਨੇ ਔਰ ਆਪੋ ਆਪਣੇ ਜਿਹੜੇ ਘੋੜੇ ਨੇ ਮੈਦਾਨ ਦੇ ਵਿੱਚ ਭਜਾਏ ਜਾ ਰਹੇ ਨੇ। ਸੋ ਅੱਜ ਸ਼ੁਰੂ ਹੋ ਗਈਆਂ ਨੇ ਉੱਥੇ ਪ੍ਰਵੇਸ਼ ਜੀ ਵੋਟਾਂ ਪੈਣੀਆਂ, ਸਵੇਰੇ 7 ਵਜੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਇਆ। 58 ਸੀਟਾਂ ਵਾਸਤੇ 11 ਜ਼ਿਲ੍ਹੇ ਜਿਹੜੇ ਨੇ, ਉੱਤਰੀ ਪੱਛਮੀ ਜਿਹੜਾ ਯੂਪੀ ਦਾ ਖੇਤਰ ਹੈ ਉਸ ਪਾਸੇ ਦੇ ਸਾਰੇ ਜ਼ਿਲ੍ਹੇ ਹੈ ਜਿਨ੍ਹਾਂ ਦੇ ਵਿੱਚ ਅੱਜ ਵੋਟਾਂ ਪੈਣੀਆਂ ਸ਼ੁਰੂ ਹੋਈਆਂ, ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸਾਹਮਣੇ ਆਉਣਗੇ ਔਰ ਆ ਕੇ ਆਪਣੇ ਜੋ ਉਹਨਾਂ ਦੀ ਰਾਏ ਆ, ਲੋਕ ਰਾਏ, ਅਸਲ ਚ ਇਹਨੂੰ ਆਪਾਂ ਲੋਕ ਰਾਏ ਹੀ ਕਹਿੰਦੇ ਹਾਂ ਕਿ ਲੋਕ ਕਿਹੜੀ ਸਰਕਾਰ ਬਣਾਉਣੀ ਚਾਹੁੰਦੇ ਨੇ, ਕਿਹਨਾਂ ਲੋਕਾਂ ਨੂੰ ਚੁਣਨਾ ਚਾਹੁੰਦੇ ਨੇ, ਕਿਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ, ਉਹ ਆਪਣਾ ਫਤਵਾ ਦੇਣਗੇ। ਮੈਦਾਨ ਵਿੱਚ ਵੱਖ ਵੱਖ ਪਾਰਟੀਆਂ ਦੇ 623 ਉਮੀਦਵਾਰ ਜਿਹੜੇ ਉਹ ਆਪਣੀ ਕਿਸਮਤ ਅਜਮਾ ਰਹੇ ਨੇ ਇਹਨਾਂ 58 ਸੀਟਾਂ ਤੋਂ। ਜੇ ਆਪਾਂ ਪ੍ਰਵੇਸ਼ ਦੀ ਗੱਲ ਕਰੀਏ ਕਿ ਉੱਥੇ ਜਿਹੜੀ ਇਸ ਵੇਲੇ ਟੱਕਰ ਹੈ ਮੁੱਖ ਤੌਰ ਤੇ ਸਾਰੇ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਉਹ ਭਾਰਤੀ ਜਨਤਾ ਪਾਰਟੀ, ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੈ। ਬਹੁਜਨ ਸਮਾਜ ਪਾਰਟੀ ਵੀ ਉੱਥੇ ਮੈਦਾਨ ਦੇ ਵਿੱਚ ਹੈ, ਪਰ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹਦਾ ਕੁਛ ਸੀਟਾਂ ਜਿਹੜੀਆਂ ਉਹਨਾਂ ਦੇ ਉੱਤੇ ਉਹਦਾ ਜ਼ਿਆਦਾ ਦਬਦਬਾ ਹੈ, ਬਹੁਤੀਆਂ ਸੀਟਾਂ ਦੇ ਉੱਤੇ ਉਹਦਾ ਦਬਦਬਾ ਨਹੀਂ। ਕਾਂਗਰਸ ਦਾ ਵੀ ਕੁਝ ਖੇਤਰਾਂ ਦੇ ਵਿੱਚ ਕਾਫੀ ਪ੍ਰਭਾਵ ਹੈ, ਕਾਫੀ ਜ਼ੋਰ ਹੈ, ਪਰ ਸਾਰੀ ਯੂਪੀ ਦੇ ਵਿੱਚ ਇਸ ਵੇਲੇ ਕਾਂਗਰਸ ਦਾ ਜ਼ੋਰ ਨਹੀਂ। ਜਿਹੜੀ ਮੁੱਖ ਟੱਕਰ ਹੈ ਨਾ ਉਹ ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਦੀ ਹੈ, ਜਿਹੜੀ ਮੁਲਾਇਮ ਸਿੰਘ ਯਾਦਵ ਹੋਰਾਂ ਦੀ ਹੈ, ਉਸ ਪਾਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੱਕਰ ਹੈ ਉਹ ਦਿਸ ਰਹੀ ਹੈ। ਔਰ ਜਿਹੜੀਆਂ ਉਹਦੇ ਬਾਰੇ ਕਿਆਸ ਰਹੀਆਂ ਹੁਣ ਤੱਕ ਇਹੋ ਲੱਗਦੀਆਂ ਰਹੀਆਂ, ਚੋਣ ਸਰਵੇ ਵੀ ਬਹੁਤ ਸਾਰੇ ਆਏ ਜਿਹਨਾਂ ਦੇ ਵਿੱਚ ਤਕਰੀਬਨ ਜਿਹੜੇ ਹੁਣ ਤੱਕ ਚੋਣ ਸਰਵੇ ਆਏ ਆ ਉਹਨਾਂ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲੜਾ ਥੋੜਾ ਜਿਹਾ ਭਾਰੀ ਦਿਸਿਆ ਹੈ ਸਮਾਜਵਾਦੀ ਪਾਰਟੀ ਦੇ ਮੁਕਾਬਲੇ। ਪਰ ਉਹਨਾਂ ਸਰਵੇ ਤੋਂ ਬਾਅਦ ਪ੍ਰਵੇਸ਼ ਜੀ, ਜਿਹੜੀ ਸਮਾਜਵਾਦੀ ਪਾਰਟੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਨੇ ਕਾਫੀ ਜ਼ੋਰ ਸ਼ੋਰ ਦੇ ਨਾਲ ਆਪਣੀ ਪ੍ਰਚਾਰ ਮੁਹਿੰਮ ਚਲਾਈ ਹੈ, ਔਰ ਉਹਦੇ ਵਿੱਚ ਇੱਕ ਤਾਂ ਜਿਹੜਾ ਕਿਸਾਨ ਅੰਦੋਲਨ ਪਿੱਛੇ ਚੱਲਿਆ ਸੀ, ਕਿਸਾਨ ਅੰਦੋਲਨ ਦਾ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਸਮਾਜਵਾਦੀ ਪਾਰਟੀ ਨੂੰ ਲਾਭ ਮਿਲ ਰਿਹਾ ਬਹੁਤ ਸਾਰੀਆਂ ਸੀਟਾਂ ਦੇ ਉੱਤੇ। ਦੂਜੀ ਗੱਲ ਇਹ ਕਿ ਪੱਛਮੀ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਹੈ ਮਮਤਾ ਬੈਨਰਜੀ, ਪਿਛਲੇ 3-4 ਦਿਨਾਂ ਤੋਂ ਉੱਥੇ ਡੇਰਾ ਲਾ ਕੇ ਬੈਠੇ ਨੇ, ਯੂਪੀ ਦੇ ਪ੍ਰਚਾਰ ਕੀਤਾ, ਚੋਣ ਪ੍ਰਚਾਰ ਕਰ ਰਹੇ ਨੇ, ਔਰ ਉਹ ਸਿੱਧੇ ਤੌਰ ਤੇ ਅਖਿਲੇਸ਼ ਯਾਦਵ ਦੀ ਹਮਾਇਤ ਕਰ ਰਹੇ ਨੇ ਤੇ ਟਾਰਗੇਟ ਉਹਨਾਂ ਦਾ ਜਿਹੜਾ ਉਹ ਭਾਜਪਾ ਹੈ। ਹਾਲਾਂਕਿ ਜਿਹੜੇ ਕਿਸਾਨ ਉੱਥੇ ਦੇ ਨੇ ਯੂਪੀ ਦੇ, ਉਹ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ, ਪਰ ਉਹਨਾਂ ਦਾ ਟਾਰਗੇਟ ਭਾਜਪਾ ਹੈ, ਉਹ ਭਾਜਪਾ ਦਾ ਵਿਰੋਧ ਕਰ ਰਹੇ ਨੇ। ਮਮਤਾ ਬੈਨਰਜੀ ਭਾਜਪਾ ਦਾ ਵਿਰੋਧ ਕਰ ਰਹੀ ਹੈ, ਕਾਂਗਰਸ ਜਿਹੜੀ ਹੈ ਉਹ ਭਾਜਪਾ ਦਾ ਵਿਰੋਧ ਕਰ ਰਹੀ ਹੈ। ਕਾਂਗਰਸ ਤੇ ਸਮਾਜਵਾਦੀ ਪਾਰਟੀ ਵਿੱਚ ਭਾਵੇਂ ਆਪਸ ਵਿੱਚ ਟਿਊਨਿੰਗ ਨਹੀਂ ਹੈਗੀ, ਪਰ ਉਹ ਕਈ ਸੀਟਾਂ ਦੇ ਉੱਤੇ ਉਹਨਾਂ ਨੇ ਆਪਸ ਵਿੱਚ ਤਾਲਮੇਲ ਵੀ ਕੀਤਾ, ਜਿਵੇਂ ਅਖਿਲੇਸ਼ ਯਾਦਵ ਜਿੱਥੇ ਚੋਣ ਲੜ ਰਹੇ ਨੇ ਉਹਦੇ ਮੁਕਾਬਲੇ 'ਚ ਕਾਂਗਰਸ ਨੇ ਆਪਣਾ ਕੋਈ ਉਮੀਦਵਾਰ ਨਹੀਂ ਉਤਾਰਿਆ। ਔਰ ਮਤਲਬ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਦਾ ਟਾਰਗੇਟ ਭਾਰਤੀ ਜਨਤਾ ਪਾਰਟੀ ਹੈ। ਦੂਜੀ ਗੱਲ, ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪਿਛਲੇ 5 ਸਾਲ ਉੱਥੇ ਸੱਤਾ ਦੇ ਵਿੱਚ ਰਹੀ ਹੈ, ਜਿੰਨਾ ਚਿਰ ਉਹ ਸੱਤਾ 'ਚ ਰਹੀ ਹੈ ਯੂਪੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਪਿਛਲੇ ਕਾਫੀ ਸਮੇਂ ਤੋਂ ਜਿੰਨੀਆਂ ਵੀ ਖਬਰਾਂ ਦੇ ਬਾਰੇ ਅਸੀਂ ਚਰਚਾ ਕਰਦੇ ਸੀ, ਜਿੰਨੀਆਂ ਵੀ ਗੱਲਾਂ ਡਿਸਕਸ ਹੁੰਦੀਆਂ ਸੀ, ਉਹਦੇ ਵਿੱਚ ਜ਼ਿਆਦਾਤਰ ਹਿੱਸਾ ਜਿਹੜਾ ਉਹ ਯੂਪੀ ਨਾਲ ਹੁੰਦਾ ਸੀ, ਚਾਹੇ ਕੋਈ ਕਾਰਨ ਹੋਵੇ। ਜੇ ਕੋਰੋਨਾ ਕਾਲ ਆਇਆ ਤੇ ਯੂਪੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ, ਜੇ ਉੱਥੇ ਲੋਕਾਂ ਦੀਆਂ ਮੌਤਾਂ ਦਾ ਜ਼ਿਕਰ ਹੋਇਆ ਕੋਰੋਨਾ ਕਾਰਨ ਤੇ ਉਹ ਯੂਪੀ ਦਾ ਸਭ ਤੋਂ ਵੱਧ ਹੋਇਆ, ਮਾਮਲਾ ਚਰਚਾ ਦੇ ਵਿੱਚ ਹੋਇਆ, ਕਿਉਂਕਿ ਲੋਕਾਂ ਨੂੰ ਉੱਥੇ ਆਪਣੇ ਜਿਹੜੀਆਂ
डेड बॉडी जब उन्हों का संस्कार करने वास्ते उन्होंने को समर्था नहीं सी, समा नहीं सी, साधन नहीं सी, और उत्थे जिहड़ियां डेड बॉडीज है वह गंगा जमुना दे विच रोड़ियां गईयां बड़े वड्डे पद्धर ते, यह चीज जिहड़ी इहदा हंगामा होया। और अज सवाल पुछिया जा रहा उत्थे दी योगी सरकार नूं कि तुहाडे कोल इस सब वास्ते की प्रबंध सी। सो यह सारियां गल्लां लैके चलदे, इस दे बावजूद जिहड़ा भारतीय जनता पार्टी का वोट बैंक है, कट्टर वोट बैंक है, वह भारतीय जनता पार्टी के नाल है। और होर भी कई तरह दीयां चीजां उत्थे जिहड़ियां उह कीतियां गईयां पिछले समय दे विच, जिहड़ी केंद्रीय लीडरशिप है और खास करके प्रधानमंत्री नरेंद्र मोदी होरी, गृह मंत्री अमित शाह होरी, पार्टी प्रधान जेपी नड्डा होरी, इन्हां ने पता नहीं अणगिनत गेड़े उत्थे लाए है। जदों तक उत्थे चोण जाबता लागू होया है ਉਹਨੂੰ ਪਹਿਲਾਂ ਉੱਥੇ ਬਹੁਤ ਵੱਡੀਆਂ ਵੱਡੀਆਂ ਰੈਲੀਆਂ ਕਰਕੇ ਤੇ ਕਈ ਤਰ੍ਹਾਂ ਦੇ ਪ੍ਰੋਜੈਕਟਾਂ ਦਾ ਉੱਥੇ ਐਲਾਨ ਕੀਤਾ ਜਾ ਚੁੱਕਾ ਹੈ। ਆਖਿਰਕਾਰ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਵੋਟਰਾਂ ਨੂੰ, ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਕਿ ਕਿਹੜੀ ਪਾਰਟੀ ਉਹਨਾਂ ਵਾਸਤੇ ਕੀ ਲੈ ਕੇ ਆਈ ਹੈ। ਬੜੇ ਬੜੇ ਜਿਹੜੇ ਐਕਸਪ੍ਰੈਸ ਵੇ, ਫਲਾਈ ਓਵਰ, ਇੰਡਸਟਰੀ ਦੇ ਖੇਤਰ ਵਿੱਚ ਕਿਸਾਨਾਂ ਨੂੰ ਵੀ ਉੱਥੇ ਬਹੁਤ ਸਾਰੇ ਲਾਰੇ ਲੱਪੇ ਲਾਏ ਗਏ, ਹਜੇ ਕਿ ਕਿਸਾਨ ਜਿਹੜੇ ਆ ਉਹ ਕਿਸੇ ਵੀ ਢੰਗ ਦੇ ਨਾਲ ਆਪਾਂ ਕਹੀਏ ਤਾਂ ਸੰਤੁਸ਼ਟ ਨਹੀਂ ਹੈ। ਬਹੁਤ ਥੋੜੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਸੰਤੁਸ਼ਟ ਹੈ, ਕਿਉਂਕਿ ਰਾਕੇਸ਼ ਚੱਕਰ ਜਿਹੜੇ ਉੱਥੇ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਨੇ, ਪ੍ਰਧਾਨ ਨੇ, ਉਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ। ਉਹ ਸਮਝਦੇ ਨੇ ਕਿ ਜਿਹੜਾ ਅੰਦੋਲਨ ਚੱਲਿਆ ਉਹਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ, ਜਿਹੜੇ 700-800 ਕਿਸਾਨ ਮਾਰੇ ਗਏ ਉਹਦੇ ਲਈ ਵੀ ਉਹ ਜ਼ਿੰਮੇਵਾਰ ਹੈ, ਜਿਹੜਾ ਲਖੀਪੁਰ ਖੀਰੀ ਕਾਂਡ ਹੋਇਆ ਜਿਹਦੇ ਚ ਕਿਸਾਨ ਮਾਰੇ ਗਏ ਗੱਡੀਆਂ ਥੱਲੇ ਕੁਚਲ ਕੇ, ਉਹਦੇ ਲਈ ਵੀ ਉਹ ਜ਼ਿੰਮੇਵਾਰ ਹੈ। ਇਸ ਕਰਕੇ ਉਹਨਾਂ ਦਾ ਵਿਰੋਧ ਬਰਕਰਾਰ ਹੈ। ਪਰ ਫਿਰ ਵੀ ਬੜਾ ਦਿਲਚਸਪ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਅੱਜ ਪਹਿਲੇ ਪੜਾਅ ਦੀਆਂ ਵੋਟਾਂ ਪੈਣੀਆਂ ਨੇ, 7 ਪੜਾਵਾਂ ਦੇ ਵਿੱਚ ਟੋਟਲ ਵੋਟਾਂ ਪੈਣੀਆਂ ਨੇ। ਉਸ ਤੋਂ ਬਾਅਦ ਜਦੋਂ ਮਾਰਚ ਦੇ ਵਿੱਚ ਜਾ ਕੇ ਰਿਜ਼ਲਟ ਆਉਣਗੇ ਤੇ ਹਕੀਕਤ ਤੇ ਫਿਰ ਹੀ ਪਤਾ ਲੱਗੇਗੀ ਕਿ ਉੱਥੇ ਕਿਸ ਪਾਰਟੀ ਨੂੰ ਲੋਕਾਂ ਦਾ ਫਤਵਾ ਮਿਲਦਾ ਹੈ। ਅੱਜ 623 ਉਮੀਦਵਾਰਾਂ ਦੇ ਮਤਲਬ ਜਿਹੜੀ ਕਿਸਮਤ ਉਹ ਦਾਅ ਦੇ ਉੱਤੇ ਲੱਗੀ ਹੈ, ਜਿਹਨਾਂ ਦੇ ਹੱਕ ਵਿੱਚ ਇਸ ਵੇਲੇ ਵੋਟਾਂ ਦਾ ਅਮਲ ਚੱਲ ਰਿਹਾ ਹੈ। ਉਹਦੇ ਨਾਲ ਨਾਲ ਉਹਦੀਆਂ ਕਈ ਤਰ੍ਹਾਂ ਦੀਆਂ ਹੁਣ ਤੱਕ ਵੀ ਖਬਰਾਂ ਆਈਆਂ ਨੇ, ਕਿਤੇ ਗਰਮਜੋਸ਼ੀ ਦਿਖਾਈ ਗਈ ਹੈ, ਕਿਤੇ ਥੋੜਾ ਜਿਹਾ ਜਿਵੇਂ ਤਕਰਾਰਬਾਜ਼ੀ ਵੀ ਹੁੰਦੀ ਹੈ ਮਾੜੀ ਮੋਟੀ ਵੋਟਾਂ ਦੇ ਵਿੱਚ ਜਾਂ ਉਹਨਾਂ ਦੇ ਹਮਾਇਤੀਆਂ ਦੇ ਵਿੱਚ ਪਾਰਟੀਆਂ, ਉਹ ਉਸ ਤਰ੍ਹਾਂ ਵੀ ਚੀਜ਼ ਆਈ ਹੈ। ਪਰ ਕੋਈ ਬਹੁਤ ਵੱਡਾ ਘਟਨਾ ਚੱਕਰ ਹਜੇ ਤੱਕ ਦਿਖਾਈ ਨਹੀਂ ਦਿੱਤਾ। ਸਾਰੇ ਦਿਨ ਦੀਆਂ ਚੀਜ਼ਾਂ ਦੇ ਉੱਤੇ ਆਪਾਂ ਧਿਆਨ ਰੱਖਾਂਗੇ ਕਿ ਉੱਥੇ ਅੱਜ ਕਿਸ ਤਰ੍ਹਾਂ ਨਾਲ ਵੋਟਾਂ ਦਾ ਅਮਲ ਭੁਗਤਦਾ ਹੈ, ਤੇ ਕੱਲ ਨੂੰ ਜਿਹੜੀ ਵੀ ਉਹਦੇ ਬਾਰੇ ਤਾਜ਼ਾ ਜਾਣਕਾਰੀ ਹੋਏਗੀ ਅਸੀਂ ਫੇਰ ਆਪਣੇ ਸੋਤਿਆਂ ਨਾਲ ਸਾਂਝੀ ਕਰਾਂਗੇ। ਐਬਸੋਲੂਟਲੀ ਐਬਸੋਲੂਟਲੀ ਬਿਲਕੁਲ ਸੰਧੂ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਜੀ, ਅਸੀਂ ਵੀ ਇਹੀ ਉਮੀਦ ਕਰਦੇ ਹਾਂ, ਕਿਉਂਕਿ ਆਪਾਂ ਆਮ ਹੀ ਵੇਖੀਦਾ ਜਦੋਂ ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਨੂੰ ਲੈ ਕੇ ਹਿੰਸਾ ਦੀਆਂ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵਾਪਰਦੀਆਂ ਰਹੀਆਂ, ਅਤੇ ਇਹੀ ਉਮੀਦ ਹੈਗੀ ਹੈ ਜੀ ਕਿ ਚੋਣਾਂ ਜਿਹੜੀਆਂ ਹੈਗੀਆਂ ਉਹ ਪਾਰਟੀ ਕੋਈ ਵੀ ਜਿੱਤੇ ਪਰ ਸ਼ਾਂਤਮਈ ਢੰਗ ਦੇ ਨਾਲ ਚੋਣਾਂ ਜਿਹੜੀਆਂ ਹੈਗੀਆਂ ਉਹ ਸਿਰੇ ਚੜ੍ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 14, 16 ਤੇ 17 ਫਰਵਰੀ ਨੂੰ ਪੰਜਾਬ 'ਚ 3 ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ ਜੀ। ਬਿਲਕੁਲ ਜੀ, ਜੋ ਖਬਰਾਂ ਆਈਆਂ ਨੇ ਉਹਨਾਂ ਅਨੁਸਾਰ ਇਸੇ ਤਰ੍ਹਾਂ ਹੀ ਹੈ। ਅਸਲ ਵਿੱਚ ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ, ਨੇਤਾਵਾਂ ਨੂੰ ਮੈਦਾਨ ਵਿੱਚ ਨਿਤਰਨ ਦਾ, ਵਾਅਦੇ ਕਰਨ ਦਾ, ਲੋਕਾਂ ਨੂੰ ਭਰੋਸਾ ਦਵਾਉਣ ਦਾ, ਲੋਕਾਂ ਨੂੰ ਜੋੜਨ ਦਾ, ਤੋੜਨ ਦਾ, ਪਾਰਟੀਆਂ ਦੇ ਵਿੱਚ ਉੱਠ ਭੱਜ, ਇਹ ਬਹੁਤ ਸਾਰੇ ਮੌਕੇ ਮਿਲਦੇ ਆ ਉਹਨਾਂ ਨੂੰ। ਔਰ ਇਸ ਵਾਰੀ ਇਹ ਗੱਲ ਹੋਈ ਕਿ ਕਿਉਂਕਿ ਕੋਰੋਨਾ ਦਾ ਜਿਹੜਾ ਡਰ ਸੀ ਕਾਫੀ ਪਿਛਲੇ ਦਿਨਾਂ 'ਚ ਰਿਹਾ, ਹੁਣ ਤਾਂ ਬਹੁਤ ਘੱਟ ਗਿਆ ਹੈ, ਉਹਨਾਂ ਦੀ ਗਿਣਤੀ ਵੀ ਘੱਟ ਰਹੀ ਹੈ, ਜਿਹੜਾ ਉਹਦਾ ਡੈਥ ਰੇਟ ਉਹ ਵੀ ਬਹੁਤ ਘੱਟ ਗਿਆ ਹੈ, ਕਵਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਵੱਧ ਗਈ ਹੈ, ਤੇ ਚੋਣ ਕਮਿਸ਼ਨ ਜਿਹੜਾ ਉਹ ਹੌਲੀ ਹੌਲੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਕਲੱਚ ਤੋਂ ਪੈਰ ਚੱਕ ਰਿਹਾ ਮਾੜਾ ਮਾੜਾ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਬਿਲਕੁਲ ਰੈਲੀਆਂ ਨਹੀਂ ਕਰ ਸਕਦੇ, ਫਿਰ ਉਹਨਾਂ ਨੇ ਕਿਹਾ ਕਿ ਤੁਸੀਂ 200, 250, 500 ਲੋਕਾਂ ਨਾਲ ਕਰ ਸਕਦੇ ਹੋ, ਫਿਰ ਉਹਨਾਂ ਨੇ ਕਿਹਾ 1000 ਲੋਕਾਂ ਨਾਲ ਰੈਲੀ ਕਰ ਸਕਦੇ ਹੋ, ਪਰ ਓਪਨ ਰੈਲੀ ਅਜੇ ਵੀ ਨਹੀਂ ਕਰ ਸਕਦੇ ਜੀ। ਇਸ ਕਰਕੇ ਉਹਨਾਂ ਰੈਲੀਆਂ ਦੇ ਉੱਤੇ ਪਾਬੰਦੀ ਲੱਗੀ ਰਹੀ। ਫਿਰ ਇਹਦੇ ਵਿੱਚ ਵਰਚੁਅਲ ਰੈਲੀਆਂ ਕਰਨ ਦਾ ਜਿਹੜਾ ਉਹ ਪਰੰਪਰਾ ਸ਼ੁਰੂ ਹੋਈ, ਸਭ ਤੋਂ ਪਹਿਲੀ ਰੈਲੀ ਪੰਜਾਬ ਦੇ ਲੁਧਿਆਣਾ ਵਿੱਚ ਰਾਹੁਲ ਗਾਂਧੀ ਹੋਰੀ ਕਰਕੇ ਗਏ ਸੀਗੇ, ਜਿਹਨੂੰ ਬੜੀ ਵੱਡੀ ਸਫਲਤਾ ਮਿਲੀ, ਤੇ ਉਹਦੇ ਨਾਲ ਹੀ ਪ੍ਰੋਗਰਾਮ ਉਲੀਕ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀਆਂ 2 ਵਰਚੁਅਲ ਰੈਲੀਆਂ ਦਾ। ਇਹਦੇ ਵਿੱਚੋਂ ਪਹਿਲੀ ਰੈਲੀ ਮੰਗਲਵਾਰ ਨੂੰ ਉਹਨਾਂ ਨੇ ਕਰ ਲਈ, ਇਹਦੇ 'ਚ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਜਿਹੜੇ ਅਸੈਂਬਲੀ ਹਲਕੇ ਸੀ ਉਹਨਾਂ ਦੇ ਵੋਟਰਾਂ ਨੂੰ ਉਹਨਾਂ ਨੇ ਸੰਬੋਧਨ ਕੀਤਾ, ਵੱਡੀਆਂ ਵੱਡੀਆਂ ਸਕਰੀਨਾਂ ਲਾਈਆਂ ਗਈਆਂ, ਉਹਨਾਂ ਨੇ ਦਿੱਲੀ ਨੂੰ ਸੰਬੋਧਨ ਕੀਤਾ ਤੇ ਲੋਕ ਜਿਹੜੇ ਸੀ ਉਹਨਾਂ ਨੂੰ ਸੁਣਦੇ ਰਹੇ। ਪਰ ਉਹਦੇ ਵਿੱਚ ਸੰਵਾਦ ਨਹੀਂ ਹੋ ਸਕਦਾ ਵਰਚੁਅਲ ਰੈਲੀ ਦੇ ਵਿੱਚ ਵੋਟਰਾਂ ਦੇ ਨਾਲ ਜਾਂ ਹੋਰ ਕਿਸੇ ਨਾਲ, ਜਾਂ ਉਹਨਾਂ ਦੇ ਨਾਲ ਸਿੱਧਾ ਰਾਬਤਾ ਨਹੀਂ ਹੋ ਸਕਦਾ, ਰੂਬਰੂ ਨਹੀਂ ਹੋ ਸਕਦਾ, ਉਹਨਾਂ ਦੇ ਨਾਰੇ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਜਜ਼ਬਾਤ, ਉਹਨਾਂ ਦਾ ਕੋਈ ਪ੍ਰਗਟਾਵਾ ਜਿਹੜਾ ਉਹ ਬੁਲਾਰੇ ਤੱਕ ਨਹੀਂ ਪਹੁੰਚਦਾ। ਬੁਲਾਰੇ ਨੇ ਸਿਰਫ ਬੋਲਣਾ ਹੁੰਦਾ ਤੇ ਵੋਟਰ ਜਿਹੜੇ ਨੇ ਉਹ ਸੁਣਦੇ ਰਹਿੰਦੇ।
ਫਿਰ ਵੀ ਇਹ ਕਸ਼ਕ ਜਿਹੜੀ ਹੈ ਸਾਰੇ ਸਪੀਕਰਾਂ ਦੇ ਵਿੱਚ, ਸਾਰੇ ਨੇਤਾਵਾਂ ਲੀਡਰਾਂ ਦੇ ਵਿੱਚ ਹੁੰਦੀ ਹੈ, ਪਰ ਪ੍ਰਧਾਨ ਮੰਤਰੀ ਜਿਹੜੇ ਆ ਉਹਨਾਂ ਦੀ ਇਹ ਖਾਹਿਸ਼ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਆ ਕੇ ਸਿੱਧਾ ਸੰਬੋਧਨ ਕਰਦਾ, ਜੋ ਕਿ 5 ਜਨਵਰੀ ਨੂੰ ਜਦੋਂ ਉਹਨਾਂ ਨੇ ਰੈਲੀ ਰੱਖੀ ਸੀ ਫਿਰੋਜ਼ਪੁਰ ਦੇ ਵਿੱਚ, ਉਹਨਾਂ ਨੇ ਸੰਬੋਧਨ ਕਰਦਾ ਸੀ ਜੀ ਜਿਹਦੇ ਵਿੱਚ ਕੁਛ ਵਿਗੜ ਪੈ ਗਿਆ, ਉਹਦਾ ਕਾਰਨ ਕੋਈ ਵੀ ਹੋਵੇ, ਪਰ ਉਹ ਰੈਲੀ ਜਿਹੜੀ ਸੀ ਉਹ ਨਹੀਂ ਹੋ ਸਕੀ, ਸੁਰੱਖਿਆ ਕਾਰਨਾਂ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਉਹ ਰੈਲੀ ਨਹੀਂ ਹੋਈ। 5 ਜਨਵਰੀ ਤੋਂ ਬਾਅਦ ਫਿਰ ਹੁਣ ਬਹੁਤ ਸਾਰਾ ਸਮਾਂ ਲੰਘ ਗਿਆ ਤੇ ਹੁਣ ਉਹਨਾਂ ਨੇ ਪਹਿਲਾਂ ਵਰਚੁਅਲ ਰੈਲੀਆਂ ਦਾ ਪ੍ਰੋਗਰਾਮ ਬਣਾਇਆ, ਇੱਕ ਰੈਲੀ ਜਿਹੜੀ ਸੀ ਉਹਨਾਂ ਨੇ ਵਰਚੁਅਲ ਉਹਦੇ ਨਾਲ ਸੰਬੋਧਨ ਕਰ ਲਿਆ, ਪਰ ਜਿਹੜੀ ਬੁੱਧਵਾਰ ਦੀ ਰੈਲੀ ਸੀ ਜਿਹਦੇ ਵਿੱਚ ਉਹਨਾਂ ਨੇ ਜਲੰਧਰ, ਕਪੂਰਥਲਾ, ਬਠਿੰਡਾ ਜਿਹੜੇ ਵਿਧਾਨ ਸਭਾ ਹਲਕੇ ਆ ਇਹਨਾਂ ਦੇ ਵਿੱਚ ਸਕਰੀਨਾਂ ਲਾਈਆਂ ਜਾਣੀਆਂ ਸੀ, ਇੱਥੋਂ ਦੇ ਵੋਟਰਾਂ ਨੂੰ ਸੰਬੋਧਨ ਕਰਨਾ ਸੀ, ਉਹ ਰੈਲੀ ਰੱਦ ਕਰ ਦਿੱਤੀ ਗਈ। ਜੀ ਹਜੇ ਕਿ ਕਾਰਨ ਇਹ ਨਹੀਂ ਦੱਸਿਆ ਗਿਆ ਕਿ ਰੈਲੀ ਕਿਉਂ ਰੱਦ ਕੀਤੀ ਗਈ ਹੈ, ਪਰ ਆਪਾਂ ਇਹੀ ਸਮਝਦੇ ਹਾਂ ਕਿ ਕਿਉਂਕਿ ਉਹਦੇ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਆਪ ਆ ਕੇ ਰੈਲੀਆਂ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਪਾਰਟੀ ਵੱਲੋਂ ਲਿਖਿਆ ਗਿਆ, ਸ਼ਾਇਦ ਇਸ ਕਰਕੇ ਜਿਹੜੀ ਉਹ ਵਰਚੁਅਲ ਰੈਲੀ ਸੀ ਉਹ ਰੱਦ ਕਰ ਦਿੱਤੀ ਗਈ। ਹੁਣ ਪਹਿਲਾਂ ਜਿਹੜੀ ਖਬਰ ਆਈ ਸੀ ਉਹ ਇਹ ਆਈ ਸੀ ਕਿ 14 ਫਰਵਰੀ ਨੂੰ ਪ੍ਰਧਾਨ ਮੰਤਰੀ ਜਲੰਧਰ ਦੇ ਵਿੱਚ ਆ ਕੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ, ਪਰ ਉਹਦੇ ਤੋਂ ਬਾਅਦ ਅਜੇ ਇਹ ਖਬਰ ਜਿਹੜੀ ਚਰਚਾ ਦੇ ਵਿੱਚ ਚੱਲ ਰਹੀ ਸੀ ਤੇ ਮਗਰੋਂ ਇੱਕ ਦੂਜੀ ਖਬਰ ਜਿਹੜੀ ਸੀ ਉਹ ਹੋਰ ਆ ਗਈ ਕਿ ਉਹ ਇੱਕ ਰੈਲੀ ਨੂੰ ਨਹੀਂ, ਪੰਜਾਬ ਦੇ ਵਿੱਚ 3 ਰੈਲੀਆਂ ਨੂੰ ਸੰਬੋਧਨ ਕਰਨਗੇ, ਜਿਹਨਾਂ ਵਿੱਚੋਂ ਪਹਿਲੀ 14 ਫਰਵਰੀ ਨੂੰ ਹੋਏਗੀ, ਫਿਰ ਜਲੰਧਰ ਦੇ ਵਿੱਚ ਹੋਏਗੀ ਬਹੁਤ ਵੱਡੀ ਰੈਲੀ, ਪਾਰਟੀ ਵੱਲੋਂ ਉਹਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ, ਅਜੇ ਵੈਨਿਊ ਜਿਹੜਾ ਉਹਦਾ ਫਾਈਨਲ ਕੀਤਾ ਜਾਣਾ ਕਿ ਉਹ ਕਿਸ ਜਗ੍ਹਾ ਦੇ ਉੱਤੇ ਰੈਲੀ ਹੋਵੇਗੀ। ਜੀ ਦੂਜੀ ਰੈਲੀ ਜਿਹੜੀ ਹੈ ਉਹ 16 ਫਰਵਰੀ ਨੂੰ ਪਠਾਨਕੋਟ ਵਿੱਚ ਰੱਖੀ ਗਈ ਹੈ ਤੇ ਤੀਜੀ ਤੇ ਆਖਰੀ ਜਿਹੜੀ ਉਹਨਾਂ ਦੀ ਰੈਲੀ ਹੈ ਉਹ 17 ਫਰਵਰੀ ਨੂੰ ਅਬੋਹਰ ਦੇ ਵਿੱਚ ਰੱਖੀ ਗਈ ਹੈ। ਮਤਲਬ ਇਹਦੇ 'ਚ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਕਿ ਮਾਝਾ, ਮਾਲਵਾ, ਦੁਆਬਾ ਜਿਹੜਾ ਇਹਨਾਂ ਸਾਰਿਆਂ ਹਲਕਿਆਂ ਦੇ ਵੋਟਰਾਂ ਤੱਕ ਉਹਨਾਂ ਦੀ ਅਪਰੋਚ ਹੋ ਸਕੇ, ਉਹ ਗੱਲਬਾਤ ਕਰ ਸਕਣ। ਹਜੇ ਕਿ 3 ਥਾਵਾਂ ਦੇ ਉੱਤੇ ਰੈਲੀਆਂ ਕਰਕੇ ਸਾਰੇ ਪੰਜਾਬ ਦੇ ਵੋਟਰਾਂ ਨਾਲ ਸੰਵਾਦ ਤਾਂ ਨਹੀਂ ਹੋ ਸਕਦਾ, ਪਰ ਕਾਫੀ ਵੱਡੀ ਗਿਣਤੀ ਵਿੱਚ ਉਹਦੇ ਤੱਕ ਉਹਨਾਂ ਦੀ ਪਹੁੰਚ ਹੋ ਸਕਦੀ ਹੈ। ਬਿਲਕੁਲ, ਉਹ ਕੀ ਐਲਾਨ ਕਰਦੇ ਨੇ ਇਹਨਾਂ ਰੈਲੀਆਂ ਦੇ ਵਿੱਚ, ਪੰਜਾਬ ਵਾਸਤੇ ਕੀ ਲੈ ਕੇ ਆਉਂਦੇ ਨੇ, ਇਹ ਬਾਅਦ ਦੀ ਗੱਲ ਹੈ। ਇਸ ਤੋਂ ਪਹਿਲਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨੇ ਉਹ ਇਹੀ ਨੇ, ਜਿਸ ਤਰ੍ਹਾਂ ਉਹਨਾਂ ਨੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਇੱਕ ਪਾਸੇ ਉਹ ਕਾਂਗਰਸ ਦੇ ਉੱਤੇ ਵਾਰ ਕਰਦੇ ਨੇ ਜੋ ਕੁਛ ਉਹਨਾਂ ਨੇ ਵਰਚੁਅਲ ਰੈਲੀ ਦੇ ਵਿੱਚ ਕੀਤਾ, ਔਰ ਹੁਣ ਅੱਗੇ ਵੀ ਸੰਭਾਵਨਾ ਇਸੇ ਤਰ੍ਹਾਂ ਦੀ ਹੈ, ਕਿਉਂਕਿ ਇਹਦੇ ਤੋਂ ਬਗੈਰ ਤਾਂ ਪਾਰਟੀਆਂ ਵਾਲਿਆਂ ਦਾ ਕੋਈ ਹੋਰ ਗੁਜ਼ਾਰਾ ਹੁੰਦਾ ਹੀ ਨਹੀਂ। ਵਿਰੋਧੀ ਪਾਰਟੀਆਂ ਦਾ ਨਿਸ਼ਾਨਾ ਲਾਉਣਾ, ਉਹ ਇਸ ਕਰਕੇ ਨਿਸ਼ਾਨਾ ਲਾਇਆ ਜਾਂਦਾ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਦਾ ਵਕਾਰ ਖਰਾਬ ਕੀਤਾ ਜਾਵੇ, ਔਰ ਇਹ ਵਾਰ ਵਾਰ ਗੱਲ ਕਹੀ ਗਈ ਪੰਜਾਬ ਦੇ ਨਾਲ ਜੋੜ ਕੇ ਪ੍ਰਵੇਸ਼ ਜੀ ਕਿ ਕਾਂਗਰਸ ਦੌਰਾਨ ਪੰਜਾਬ ਦੇ ਵਿੱਚ ਕਤਲੇਆਮ ਹੋਇਆ, ਆਪਰੇਸ਼ਨ ਬਲੂ ਸਟਾਰ ਹੋਇਆ, ਹੋਰ ਕਈ ਕੁਛ ਹੋਇਆ, ਉਹ ਚੀਜ਼ਾਂ ਜਿਹੜੀਆਂ ਬਹੁਤ ਦਹਾਕੇ ਪਹਿਲਾਂ ਹੋਈਆਂ ਉਹਨਾਂ ਨੂੰ ਅੱਜ ਤੱਕ ਵੀ ਜਿੰਦਾ ਰੱਖਿਆ ਜਾ ਰਿਹਾ, ਇਸ ਕਰਕੇ ਕਿ ਕਾਂਗਰਸ ਨੂੰ ਬਦਨਾਮ ਕੀਤਾ ਜਾ ਸਕੇ। ਬਿਨਾਂ ਸ਼ੱਕ ਉਹ ਕਾਂਗਰਸ ਦੇ ਰਾਜ ਦੌਰਾਨ ਹੋਈਆਂ, ਪਰ ਉਹਨੂੰ ਬਹੁਤ ਜ਼ਿਆਦਾ ਦਹਾਕੇ ਲੰਘ ਗਏ, ਕਈ ਪੀੜ੍ਹੀਆਂ ਤਬਦੀਲ ਹੋ ਗਈਆਂ, ਉਸ ਵੇਲੇ ਦੇ ਕਰੈਕਟਰ ਪਾਤਰ ਜਿਹੜੇ ਸੀ ਉਹ ਵੀ ਅੱਜ ਨਹੀਂ ਰਹੇ, ਪਰ ਫਿਰ ਵੀ ਉਹ ਗੱਲਾਂ ਕੀਤੀਆਂ। ਦੂਜੇ ਪਾਸੇ ਹੋਰ ਗੱਲਾਂ ਇਹ ਕੀਤੀਆਂ ਜਾਂਦੀਆਂ ਕਿ ਆਪਾਂ ਸਹੂਲਤਾਂ ਕਿਹੜੀਆਂ ਕਿਹੜੀਆਂ ਦਿੱਤੀਆਂ ਗਈਆਂ, ਇਹ ਜ਼ਿਕਰ ਕੀਤਾ ਗਿਆ ਕਿ ਜਿਹੜੇ ਉਸ ਵੇਲੇ ਦੇ ਪੀੜਤ ਲੋਕ ਸੀ ਉਹਨਾਂ ਦੇ ਜ਼ਖਮਾਂ ਉੱਤੇ ਮਲਹਮ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਇਹ ਗੱਲ ਕੀਤੀ ਜਾਂਦੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ। ਕਾਂਗਰਸ ਜਿਹੜੀ ਸੀ ਜਿਸ ਵੇਲੇ ਉਹਨਾਂ ਦਾ ਬੋਲਬਾਲਾ ਸੀ ਜਦੋਂ ਪਾਰਟੀ ਫਿਰ ਹੋਈ ਹੈ 1947 ਦੀ, ਪਰ ਉਹ ਕਰਤਾਰਪੁਰ ਵਰਗੇ ਅਹਿਮ ਜਿਹੜਾ ਸਥਾਨ, ਧਾਰਮਿਕ ਸਥਾਨ ਸੀ, ਉਸ ਨੂੰ ਭਾਰਤ ਵਿੱਚ ਨਹੀਂ ਰੱਖ ਸਕੀ। ਇਸ ਗੱਲ ਦਾ ਕ੍ਰੈਡਿਟ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਵੱਲੋਂ। ਦੂਜੀ ਗੱਲ ਜਿਹੜੀ ਹੈ ਕਿ 2 ਮੈਡੀਕਲ ਕਾਲਜਾਂ ਦਾ ਐਲਾਨ ਕੀਤਾ ਗਿਆ, ਮੈਡੀਕਲ ਕਾਲਜ 2 ਬਣਾਏ ਜਾ ਰਹੇ ਨੇ, ਇੱਕ ਕਪੂਰਥਲਾ ਦੇ ਵਿੱਚ, ਇੱਕ ਹੁਸ਼ਿਆਰਪੁਰ ਦੇ ਵਿੱਚ, ਔਰ ਉਹ ਜਦੋਂ ਪਿਛਲੀ ਵਾਰ ਉਹਨਾਂ ਨੇ 5 ਜਨਵਰੀ ਨੂੰ ਆਉਣਾ ਸੀ ਤਾਂ ਉਹਨਾਂ ਦੇ ਉਦਘਾਟਨ ਕੀਤੇ ਜਾਣੇ ਸੀ, ਪਰ ਉਹ ਵੀ ਸ਼ਾਇਦ ਹੁਣ ਇਸ ਵਾਰੀ ਉਹਨਾਂ ਦੇ ਨਾਲ ਵੀ ਜੋੜ ਕੇ ਗੱਲ ਕੀਤੀ ਜਾਏਗੀ। ਔਰ ਜਿਹੜਾ ਇੱਕ PGI ਦਾ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਦੇ ਵਿੱਚ ਬਣਾਇਆ ਜਾ ਰਿਹਾ ਹੈ, ਉਹਦੇ ਬਾਰੇ ਵੀ ਗੱਲ ਕੀਤੀ ਜਾਏਗੀ। ਇਸ ਤੋਂ ਇਲਾਵਾ ਹੋਰ ਉਹ ਕੀ ਸਹੂਲਤਾਂ ਦਿੰਦੇ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਕੰਮ ਕਰਾਂਗੇ, ਇੰਡਸਟਰੀ ਵਾਸਤੇ ਕੰਮ ਕਰਾਂਗੇ, ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹਨੂੰ ਬਹੁਤ ਜ਼ਿਆਦਾ ਢਾਹ ਲੱਗੀ ਹੈ, ਲਗਭਗ ਉੱਜੜ ਗਈ ਹੈ। ਲੁਧਿਆਣੇ ਦੇ ਵਿੱਚ ਜਿਹੜੀ ਸਾਈਕਲ ਇੰਡਸਟਰੀ ਸੀ, ਕੱਪੜਾ ਉਦਯੋਗ ਸੀ, ਅੰਮ੍ਰਿਤਸਰ ਦਾ ਕੱਪੜਾ ਉਦਯੋਗ ਸੀ ਜਿਹੜਾ, ਉਹ ਬਿਲਕੁਲ ਪਰਵੇਜੀ ਖਤਮ ਹੋਣ ਕਿਨਾਰੇ ਹੀ ਹੈ। ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਫੇਰ ਉਭਾਰਾਂਗੇ, ਅੱਗੇ ਲੈ ਕੇ ਆਵਾਂਗੇ, ਇਹਨਾਂ ਦਾ ਪੱਧਰ ਉੱਚਾ ਚੁੱਕਾਂਗੇ, ਇਹਨਾਂ ਨੂੰ ਖੁਸ਼ਹਾਲ ਬਣਾਵਾਂਗੇ, ਕਿਸਾਨਾਂ ਨੂੰ ਖੁਸ਼ਹਾਲ ਬਣਾਵਾਂਗੇ। ਪਰ ਇਹ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ, ਰੈਲੀਆਂ ਵਿੱਚ ਤਾਂ ਗੱਲਾਂ ਹੀ ਹੋ ਸਕਦੀਆਂ ਨੇ, ਜਦੋਂ ਤੁਹਾਡੀ 7 ਸਾਲ ਦੀ ਸਰਕਾਰ ਦੇ ਕਾਰਗੁਜ਼ਾਰੀ ਲੋਕ ਦੇਖਦੇ ਨੇ, ਵੋਟਰ ਦੇਖਦੇ ਨੇ ਕਿ 7 ਸਾਲਾਂ ਦੇ ਵਿੱਚ
ਜਦੋਂ ਕੇਂਦਰ ਦੇ ਵਿੱਚ ਸਰਕਾਰ ਹੈ, ਇੰਨੀ ਵੱਡੀ ਪਾਵਰ ਹੈ, ਉਸ ਦੌਰਾਨ ਸਰਕਾਰ ਵੱਲੋਂ ਪਾਰਟੀ ਵੱਲੋਂ ਕੀ ਕੀਤਾ ਗਿਆ ਲੋਕਾਂ ਦੇ ਵਾਸਤੇ, ਜਿਹੜੇ ਕਿ ਅਗਲੇ ਵਾਅਦੇ ਨੇ ਉਹਨਾਂ ਦੀ ਟੇਕ ਉਹਦੇ ਉੱਤੇ ਹੋਣੀ ਹੈ, ਪਿਛਲੀ ਕਾਰਗੁਜ਼ਾਰੀ ਵੇਖ ਕੇ। ਤੇ ਪਿਛਲੀ ਕਾਰਗੁਜ਼ਾਰੀ ਕੀ ਹੈ ਤੇ ਅਗਲੇ ਵਾਅਦਿਆਂ ਦੀ ਟੇਕ ਉਸ ਕਾਰਗੁਜ਼ਾਰੀ ਦੇ ਉੱਤੇ ਹੋਏਗੀ ਕਿ ਹਾਂ ਜਿਹੜੇ ਕਿ ਵਾਅਦੇ ਕਰ ਰਹੇ ਨੇ ਇਹ ਸੱਚ ਇਹਨਾਂ ਨੂੰ ਕਰਕੇ ਦਿਖਾਉਣਗੇ। ਪਰ ਹਾਲ ਦੀ ਘੜੀ ਜਿਹੜਾ ਇਹਨਾਂ ਰੈਲੀਆਂ ਦੇ ਵਾਸਤੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ, ਜਲੰਧਰ ਦੇ ਵਿੱਚ ਵੀ ਔਰ ਬਾਕੀ ਥਾਵਾਂ ਦੇ ਉੱਤੇ ਵੀ, ਔਰ ਇਹਦੇ ਨਾਲ ਇਕੱਲੇ ਪ੍ਰਧਾਨ ਮੰਤਰੀ ਨਹੀਂ ਆਉਣਗੇ, 11 ਫਰਵਰੀ ਤੋਂ ਬਾਅਦ ਜਿਹੜੀ ਹੈ ਕੇਂਦਰੀ ਮੰਤਰੀ ਮੰਡਲ ਹੈ ਜਿਹੜਾ ਉਹਦੇ ਸੀਨੀਅਰ ਮੰਤਰੀ ਦੇ ਨਾਲ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਸਾਰੀ ਦੀ ਸਾਰੀ ਪੰਜਾਬ ਦੇ ਵਿੱਚ ਆ ਰਹੀ ਹੈ, ਜਿਹਨਾਂ ਦੇ ਵਿੱਚ ਪਾਰਟੀ ਪ੍ਰਧਾਨ ਨੇ ਜੇਪੀ ਨੱਡਾ ਜੀ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜੀ, ਨਿਤਿਨ ਗਡਕਰੀ ਜੀ, ਅਮਿਤ ਸ਼ਾਹ ਗ੍ਰਹਿ ਮੰਤਰੀ, ਸਮ੍ਰਿਤੀ ਇਰਾਨੀ ਦਾ ਇੱਥੇ ਆ ਕੇ ਉਹ ਪਹਿਲਾਂ ਹੀ ਬੈਠੀ ਹੈ ਡੇਰਾ ਲਾ ਕੇ, ਹੋਰ ਵੀ ਬੰਦੇ ਜਿਹੜੇ ਸਾਰੇ ਨੇ ਉਹਨਾਂ ਦੇ ਉਹ ਇੱਥੇ ਆਣਗੇ, ਕਿਉਂਕਿ ਯੂਪੀ ਨੂੰ ਕਾਫੀ ਹੱਦ ਤੱਕ ਉਹ ਕਵਰ ਕਰ ਚੁੱਕੇ ਨੇ ਔਰ ਪੰਜਾਬ ਵੀ ਉਹਦੇ ਤੋਂ ਬਾਅਦ ਦੂਜੇ ਨੰਬਰ ਤੇ ਆ ਜਿਹਦੇ ਉੱਤੇ ਉਹ ਫੋਕਸ ਕਰ ਰਹੇ ਨੇ, ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣਾ ਚਾਹੁੰਦੇ ਨੇ, ਜਿਨ੍ਹਾਂ ਦੀ ਇਸ ਵੇਲੇ ਤੱਕ ਕੋਈ ਸੰਭਾਵਨਾ ਨਹੀਂ। ਨਾਲ ਇਹ ਗੱਲ ਵੀ ਕਰਨੀ ਬਣਦੀ ਹੈ, ਅਸੀਂ ਆਪਣੇ ਸੋਚਿਆਂ ਨੂੰ ਦੱਸਿਆ ਜਾਵਾਂਗੇ ਕਿ ਪੰਜਾਬ ਵਿੱਚ ਇਸ ਵੇਲੇ ਤੱਕ ਅੱਜ ਦੀ ਘੜੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਬੇਸ਼ੱਕ ਕੈਪਟਨ ਅਮਰਿੰਦਰ ਦੇ ਨਾਲ ਰਲ ਕੇ ਚੋਣ ਲੜ ਰਹੇ ਨੇ, ਹਾਲਤ ਬਹੁਤ ਪਤਲੀ ਹੈ, ਔਰ ਕੀ ਉਹ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਜਾਂ ਕੇਂਦਰੀ ਲੀਡਰਸ਼ਿਪ ਦੀਆਂ ਰੈਲੀਆਂ ਤੋਂ ਬਾਅਦ ਉਹ ਹਾਲਤ ਮਜ਼ਬੂਤ ਹੁੰਦੀ ਹੈ ਕਿ ਨਹੀਂ, ਇਹ ਨਤੀਜੇ ਵੋਟਾਂ ਦੇ ਦੱਸਣਗੇ। ਤਾਂ ਬਿਲਕੁਲ ਇਹ ਵੀ ਸਵਾਲ ਖੜਾ ਹੁੰਦਾ ਜੀ ਵੀ ਇਹ 10 ਕੁ ਸੀਟਾਂ ਵੀ ਕੱਢ ਜਾਣਗੇ ਕਿ ਨਾ, ਕਿਉਂਕਿ ਜੇ ਇਹ 10 ਕੁ ਸੀਟਾਂ ਕੱਢ ਗਏ ਤਾਂ ਫਿਰ ਤਾਂ ਮੇਰੇ ਖਿਆਲ 'ਚ ਇਹਨਾਂ ਦਾ ਜਿਹੜਾ ਕੰਪੀਟੀਸ਼ਨ ਆ ਕਿਤੇ ਐਂ ਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਨਾਲ ਪੇਛਾ ਪੈ ਜੇ। ਬਹਰਹਾਲ ਅਗਲੀ ਖਬਰ ਦੀ ਗੱਲ ਕਰਦੇ ਹਾਂ ਸੰਧੂ ਸਾਹਿਬ, ਜੇਲ੍ਹ ਦੇ ਵਿੱਚੋਂ 21 ਦਿਨਾਂ ਵਾਸਤੇ ਰਿਹਾਅ ਹੋਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਖਬਰਾਂ ਆ ਰਹੀਆਂ, ਕਹਿੰਦੇ ਗੁੰਮਸੁੰਮ ਹੈ ਗੁਰਮੀਤ ਰਾਮ ਰਹੀਮ, ਹਨੀਪ੍ਰੀਤ ਨੂੰ ਵੀ ਕਹਿੰਦੇ ਵੀ ਬਹੁਤਾ ਸਮਾਂ ਨਹੀਂ ਦਿੱਤਾ ਗਾ, ਕੀ ਜਾਣਕਾਰੀ ਹੈ ਤੁਹਾਡੇ ਕੋਲ? ਗੁਰਮੀਤ ਰਾਮ ਰਹੀਮ ਦੂਜੀ ਵਾਰੀ ਆਏ ਨੇ, ਕੁਝ ਸਮਾਂ ਪਹਿਲਾਂ ਵੀ ਉਹਨਾਂ ਨੂੰ ਹਾਲਾਂਕਿ 12 ਘੰਟਿਆਂ ਵਾਸਤੇ ਹੀ ਉਦੋਂ ਪੈਰੋਲ ਮਿਲੀ ਸੀ ਜਦੋਂ ਉਹਨਾਂ ਦੇ ਮਾਤਾ ਜੀ ਬਿਮਾਰ ਸੀਗੇ ਤੇ 2017 ਤੋਂ ਜੇਲ੍ਹ ਦੇ ਵਿੱਚ ਉਹ ਬੰਦ ਨੇ, ਪਰ ਹੁਣ ਜਿਹੜਾ ਉਹਨਾਂ ਨੂੰ ਜਿਸ ਢੰਗ ਦੇ ਨਾਲ ਰਿਹਾ ਕੀਤਾ ਗਿਆ, ਅਸਲ ਵਿੱਚ ਇਹਦਾ ਜਿਹੜਾ ਇਸ਼ਾਰਾ ਜਾਂਦਾ ਹੈ ਜਾਂ ਇਹਦੇ ਜੋ ਸਾਈਨ ਜਾ ਰਹੇ ਨੇ ਉਹ ਤਾਂ ਇਹੀ ਨੇ ਕਿ ਚੋਣਾਂ ਦਾ ਲਾਹਾ ਲੈਣ ਵਾਸਤੇ ਉਹਨਾਂ ਨੂੰ ਰਿਹਾ ਕੀਤਾ ਗਿਆ, ਕਿਉਂਕਿ ਇਸ ਵੇਲੇ ਚੋਣ ਮੈਦਾਨ ਭਖਿਆ ਹੋਇਆ ਖਾਸ ਕਰਕੇ ਪੰਜਾਬ ਦੇ ਵਿੱਚ, ਹਜੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਡੇਰਾ ਉਹਦਾ ਕਈ ਖੇਤਰਾਂ ਦੇ ਵਿੱਚ ਪ੍ਰਭਾਵ ਹੈ ਯੂਪੀ ਦੇ ਵਿੱਚ ਵੀ, ਪਰ ਪੰਜਾਬ ਦੇ ਤਾਂ ਬਿਲਕੁਲ ਨਾਲ ਹੀ ਡੇਰਾ ਹੈ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਅੱਗੇ ਹੋਰ ਛੋਟੇ ਛੋਟੇ ਡੇਰੇ ਵੀ ਬਣੇ ਹੋਏ ਆ, ਪ੍ਰਮੁੱਖ ਡੇਰਾ ਜਿਹੜਾ ਉਹ ਵੀ ਪੰਜਾਬ ਦੇ ਬਿਲਕੁਲ ਕੰਢੇ ਦੇ ਉੱਤੇ ਆ ਹਰਿਆਣਾ ਦੇ ਵਿੱਚ ਸਿਰਸੇ ਵਾਲਾ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ, ਮਾਲਵੇ ਦੀਆਂ ਜਿਹੜੀਆਂ 69 ਸੀਟਾਂ ਨੇ ਪੰਜਾਬ ਦੀਆਂ ਉਹਦੇ ਉੱਤੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ, 43-44 ਸੀਟਾਂ ਦੇ ਉੱਤੇ ਤਾਂ ਉਹ ਮਤਲਬ ਸਥਿਤੀ ਪਲਟਣ ਦੀ ਪਲਟ ਸਕਦੀ ਹੈ ਉਹਨਾਂ ਦਾ ਵੋਟ ਬੈਂਕ ਜਿਹੜਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ। ਔਰ ਇਹ ਵੀ ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਹਾਲੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਜ਼ਾਹਰ ਤਾਂ ਨਹੀਂ ਕੀਤੀਆਂ ਜਾਂਦੀਆਂ, ਪਰ ਇਹ ਗੱਲ ਤਾਂ ਸਪਸ਼ਟ ਹੀ ਹੋ ਜਾਂਦੀ ਹੈ ਕਿ ਜੇ ਉਹ ਆਏ ਨੇ ਔਰ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਭੁਗਤੇਗਾ। ਹਰਿਆਣਾ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੀ ਰੋਹਤਕ ਦੀ ਸੁਨਾਰੀਆ ਜੇਲ੍ਹ ਹੈ, ਹਰਿਆਣਾ ਸਰਕਾਰ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਹੈ, ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ, ਜੇ ਉਹਨਾਂ ਨੂੰ ਪੈਰੋਲ ਮਿਲੀ ਹੈ ਤਾਂ ਹਰਿਆਣਾ ਸਰਕਾਰ ਦੇ ਦਸਤਖਤਾਂ ਨਾਲ ਹੁਕਮਾਂ ਨਾਲ ਉਹਨਾਂ ਨੂੰ ਮਿਲੀ ਹੈ, ਔਰ ਉਹ ਪੈਰੋਲ ਜਿਹੜੀ ਮਿਲੀ ਹੈ ਉਹਦਾ ਕਾਰਨ ਵੀ ਵੱਡੀ ਹੱਦ ਤੱਕ ਇਹੋ ਹੀ ਹੈ, ਔਰ ਦੂਜਾ ਇਹ ਹੈ ਕਿ ਉਹਦੇ ਵਿੱਚ ਜਿਹੜੇ ਜੇਲ੍ਹ ਮੰਤਰੀ ਆ ਉੱਥੇ ਦੇ ਔਰ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਖੱਟੜ ਹੈ ਉਹਨਾਂ ਵੱਲੋਂ ਇਸ ਸੰਬੰਧ ਦੇ ਵਿੱਚ ਕੁਛ ਟਿੱਪਣੀਆਂ ਵੀ ਆਈਆਂ ਸੀ। ਜੇਲ੍ਹ ਮੰਤਰੀ ਨੇ ਤਾਂ ਰਿਹਾਈ ਤੋਂ 2 ਦਿਨ ਪਹਿਲਾਂ ਕਹਿ ਦਿੱਤਾ ਸੀਗਾ ਕਿ ਜਿਹੜਾ ਕੋਈ ਬੰਦਾ 3 ਸਾਲ ਤੱਕ ਜੇਲ੍ਹ ਵਿੱਚ ਰਹਿੰਦਾ ਉਹ ਪੈਰੋਲ ਲੈਣ ਦਾ ਹੱਕਦਾਰ ਹੁੰਦਾ। ਦੂਜੇ ਪਾਸੇ ਖੱਟਰ ਸਾਹਿਬ ਨੇ ਇਹ ਗੱਲ ਕਹਿ ਕੇ ਜਿਹੜੀ ਸੀ ਗੱਲ ਕਾਫੀ ਹੱਦ ਤੱਕ ਕਲੀਅਰ ਕਰ ਦਿੱਤੀ ਕਿ ਗੁਰਮੀਤ ਰਾਮ ਰਹੀਮ ਦੀ ਰਿਹਾਈ ਦਾ ਚੋਣਾਂ ਨਾਲ ਕੋਈ ਸੰਬੰਧ ਨਹੀਂ। ਇਹ ਗੱਲ ਕਹਿਣ ਦੀ ਕੀ ਲੋੜ ਸੀ, ਇਹਦਾ ਮਤਲਬ ਕਿ ਉਹਦਾ ਚੋਣਾਂ ਦੇ ਨਾਲ ਸੰਬੰਧ ਹੈ, ਪਰ ਉਹ ਜਦੋਂ ਆਪ ਆਏ ਨੇ ਹਜੇ ਕਿ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਬਕਾਇਦਾ ਇੱਕ ਇਲੈਕਸ਼ਨ ਸੈੱਲ ਬਣਿਆ ਹੋਇਆ ਡੇਰੇ ਦੇ ਵਿੱਚ, ਜਿਹੜੇ ਹੋਰ ਕਰਤਾ ਧਰਤਾ ਨੇ ਉਹ ਬਹੁਤ ਸਰਗਰਮ ਨੇ, ਜਿਹੜੇ ਅੱਗੇ ਉਹਨਾਂ ਦੇ ਜਿੱਥੇ ਜਿੱਥੇ ਵੀ ਹਰਿਆਣਾ ਦੇ ਵਿੱਚ, ਪੰਜਾਬ ਦੇ ਵਿੱਚ, ਯੂਪੀ ਦੇ ਵਿੱਚ ਜਿੱਥੇ ਵਿੱਚੇ ਵੀ ਉਹਨਾਂ ਦੇ ਨਾਮ ਚਰਚਾ ਘਰ ਨੇ ਉਹਨਾਂ ਦੇ ਵਿੱਚ ਜਾ ਕੇ ਵੀ ਇਸ ਗੱਲ ਦਾ ਸੰਦੇਸ਼ ਹੁਣ ਤੱਕ ਲਗਭਗ ਪਹੁੰਚਾ ਦਿੱਤਾ ਗਿਆ ਹੈ ਕਿ ਕਿਸ ਪਾਰਟੀ ਦੀ ਆਪਾਂ ਹਮਾਇਤ ਕਰਨੀ ਹੈ। ਉਹ ਗੱਲਾਂ ਸਾਰੀਆਂ ਕੌਨਫੀਡੈਂਸ਼ੀਅਲ ਜਾਂ ਸੀਕ੍ਰੇਟ ਢੰਗ ਦੇ ਨਾਲ ਹੀ ਆਪਣੇ ਜਿਹੜੇ ਸ਼ਰਧਾਲੂ ਨੇ ਉਹਨਾਂ ਤੱਕ ਉਹ ਗੱਲਾਂ ਪਹੁੰਚਾਈਆਂ ਜਾਂਦੀਆਂ ਨੇ ਕਿ ਆਪਾਂ ਇਹਨਾਂ ਚੋਣਾਂ ਦੇ ਵਿੱਚ ਕਿਸ ਦੀ
ਹਮਾਇਤ ਕਰਨੀ ਹੈ। ਪਰ ਜਿਹੜੀ ਉਹਨਾਂ ਦੀ ਆਪਦੀ ਨਿੱਜੀ ਗੱਲਬਾਤ ਹੈ ਉਹ ਇਹ ਲੱਗਿਆ ਕਿ ਜਦੋਂ ਤੋਂ ਉਹ ਜੇਲ੍ਹ ਤੋਂ ਛੁੱਟ ਕੇ ਆਏ ਨੇ ਉਹ ਸਿਰਫ ਦੋ ਵਾਰੀ ਪਰਿਵਾਰ ਨੂੰ ਮਿਲੇ ਆ ਜੀ। ਔਰ ਹਨੀਪ੍ਰੀਤ ਜਿਹਦੇ ਨਾਲ ਉਹਨਾਂ ਦਾ ਕਾਫੀ ਇਹ ਮਤਲਬ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਵੀ ਉਹਨਾਂ ਆਪਸ ਵਿੱਚ ਬਹੁਤ ਉਹਨਾਂ ਦੇ ਨੇੜਲੇ ਰਿਸ਼ਤੇ ਆ, ਬਹੁਤ ਜ਼ਿਆਦਾ ਨਜ਼ਦੀਕੀ ਸੰਬੰਧ ਹੈ ਹਨੀਪ੍ਰੀਤ ਦੇ ਉਹਨਾਂ ਨਾਲ, ਉਹਨਾਂ ਨੂੰ ਵੀ ਕੋਈ ਬਹੁਤ ਸਮਾਂ ਨਹੀਂ ਦਿੱਤਾ। ਔਰ ਹਨੀਪ੍ਰੀਤ ਜਿਹੜੀ ਆ ਉਹ ਅੱਜ ਕੱਲ੍ਹ ਡੇਰੇ ਦੇ ਵਿੱਚ ਵੀ ਨਹੀਂ ਰਹਿੰਦੀ, ਉਹ ਆਪਣੇ ਟਿਕਾਣੇ ਤੇ ਆਪਣੇ ਘਰ ਦੇ ਵਿੱਚ ਰਹਿੰਦੀ ਹੈ। ਪਰ ਜਦੋਂ ਮਿਲਣ ਆਏ ਉਹ ਤੇ ਉਹਨਾਂ ਨਾਲ ਵੀ ਬੜੀ ਉਹਨਾਂ ਦੀ ਲਿਮਟਡ ਜਿਹੀ ਗੱਲਬਾਤ ਹੋਈ। ਇਹ ਕਹਿੰਦੇ ਕਿ ਜਿਹੜਾ ਉਹਨਾਂ ਦਾ ਡੇਰਾ ਆ ਉਹਦੀ ਤੀਜੀ ਮੰਜ਼ਿਲ ਦੇ ਉੱਤੇ ਜਿਹੜਾ ਨਾਮ ਚਰਚਾ ਘਰ ਆ ਉਹਦੀ ਤੀਜੀ ਮੰਜ਼ਿਲ ਦੇ ਉੱਤੇ ਉਹਨਾਂ ਦੀ ਰਿਹਾਇਸ਼ ਹੈ ਸੰਤ ਰਾਮ ਰਹੀਮ ਦੀ। ਔਰ ਜਿਹੜੀ ਦੂਜੀ ਮੰਜ਼ਿਲ ਹੈ ਉਹਦੇ ਸਾਰੀ ਦੇ ਉੱਤੇ ਪੁਲਿਸ ਤਾਇਨਾਤ ਹੈ ਕਿ ਥੱਲਿਓਂ ਕੌਣ ਉੱਤੇ ਜਾਂਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੇ ਉੱਤੋਂ ਕੌਣ ਥੱਲੇ ਆਉਂਦਾ ਇਹ ਵੀ ਪਤਾ ਹੋਣਾ ਚਾਹੀਦਾ। ਸਭ ਤੋਂ ਥੱਲੇ ਜਿਹੜਾ ਉਹਨਾਂ ਦਾ ਪਰਿਵਾਰ ਹੈ ਜਾਂ ਬਾਕੀ ਜਿਹੜੇ ਸ਼ਰਧਾਲੂ ਜਾਂ ਸੰਗਤ ਉਹ ਸਭ ਤੋਂ ਥੱਲੇ ਹੁੰਦੀ ਹੈ। ਉਹ ਕਹਿੰਦੇ ਕਿ ਸਿਰਫ ਦੋ ਵਾਰੀ ਉਤਰੇ ਆ ਥੱਲੇ, ਉਹ ਇੱਕ ਵਾਰ ਜਾਂ ਦੋ ਵਾਰੀ ਉਤਰੇ ਆ ਤੀਜੀ ਮੰਜ਼ਿਲ ਤੋਂ ਤੇ ਆ ਕੇ ਉਹਨਾਂ ਨੇ ਥੱਲੇ ਮੁਲਾਕਾਤ ਕੀਤੀ, ਨਹੀਂ ਤਾਂ ਉਹ ਉੱਪਰ ਇਕੱਲੇ ਹੀ ਰਹੇ ਆ। ਤੇ ਹਨੀਪ੍ਰੀਤ ਵੀ ਬਹੁਤ ਥੋੜੇ ਸਮੇਂ ਵਾਸਤੇ ਉਹਨਾਂ ਨੂੰ ਮਿਲਣ ਗਈ ਹੈ। ਉਹਨਾਂ ਨੇ ਅਜੇ ਤੱਕ ਕੋਈ ਗੱਲ ਕਹੀ ਨਹੀਂ, ਨਾ ਕੋਈ ਵਿਚਾਰ ਪ੍ਰਗਟਾ ਕੀਤਾ, ਨਾ ਕੋਈ ਟਿੱਪਣੀ ਕੀਤੀ ਹੈ, ਨਾ ਕੁਛ, ਜਿਵੇਂ ਮਤਲਬ ਬਹੁਤ ਜ਼ਿਆਦਾ ਆਪਣੇ ਆਪ ਦੇ ਵਿੱਚ ਗੁਆਚੇ ਹੋਏ ਆ ਅੰਤਰ ਕਿ ਇਹ ਕੀ ਗੱਲਬਾਤ। ਕਿਉਂਕਿ ਜਦੋਂ ਇੱਕ ਵਾਰੀ ਜੇਲ੍ਹ ਵਿੱਚ ਰਹਿ ਕੇ ਫੇਰ ਬਾਅਦ ਦੇ ਵਿੱਚ ਡੇਰੇ ਦੇ ਵਿੱਚ ਆਏ ਤਾਂ ਉਹਨਾਂ ਨੂੰ ਸਾਰਾ ਕੁਛ ਆਪਣਾ ਉਹ ਪਹਿਲਾਂ ਵਾਲਾ ਜਿਹੜਾ ਸਾਮਰਾਜ ਹੈ ਪੂਰਾ ਪੂਰਾ ਉਹ ਦਿਖਾਈ ਦੇ ਰਿਹਾ ਕਿ ਕਿੱਡੀ ਵੱਡੀ ਸਲਤਨਤ, ਕਿੰਨੀ ਪਰਜਾ, ਕਿੰਨਾ ਡੇਰਾ, ਕਿੰਨੇ ਏਕੜਾਂ ਚ ਫੈਲਿਆ ਹੋਇਆ, ਕੀ ਕੁਛ ਹੈ ਸਾਰਾ। ਔਰ ਉਹਦੇ ਤੋਂ ਬਾਅਦ ਫੇਰ ਜਾ ਕੇ ਜੇਲ੍ਹ ਦੀ ਚਾਰਦੀਵਾਰੀ ਦੇ ਵਿੱਚ ਬੰਦ ਹੋਣਾ ਪੈਣਾ ਜਦੋਂ 21 ਦਿਨ ਪੂਰੇ ਹੋ ਜਾਣਗੇ। ਪਰ ਇਹ ਵੱਖਰੀ ਗੱਲ ਹੈ ਕਿ ਉਦੋਂ ਤੱਕ ਵੋਟਾਂ ਦਾ ਕੰਮ ਜਿਹੜਾ ਇਹ ਲਗਭਗ ਪੰਜਾਬ ਦਾ ਤੇ ਭੁਗਤ ਹੀ ਜਾਏਗਾ। ਸ਼ਾਇਦ ਯੂਪੀ ਦੀ ਕੋਈ ਇੱਕ ਅੱਧੇ ਗੇੜ ਦੀਆਂ ਜਿਹੜੀਆਂ ਵੋਟਾਂ ਨੇ ਉਹ ਬਾਅਦ ਦੇ ਵਿੱਚ ਪੈਣ, ਨਤੀਜੇ ਉਹਦੇ ਤੋਂ ਬਾਅਦ ਆਉਣਗੇ। ਪਰ ਇਹ ਕੰਮ ਜਿਸ ਮਕਸਦ ਵਾਸਤੇ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਇਹ ਮਕਸਦ ਤੇ ਪੂਰਾ ਹੋ ਜਾਏਗਾ। 21 ਦਿਨ ਦੀ ਜਿਹੜੀ ਉਹਨਾਂ ਦੀ ਪੈਰੋਲ ਹੈ ਉਹ ਪੂਰੀ ਹੋਣ ਤੋਂ ਬਾਅਦ ਫੇਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਵੇਗਾ। ਔਰ ਸ਼ਾਇਦ ਇਹਦੇ ਵਾਸਤੇ ਇਹ ਕਿ ਭਵਿੱਖ ਦੇ ਵਿੱਚ ਵੀ ਜੇ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਟਿਊਨਿੰਗ ਬਣਦੀ ਹੈ, ਗੱਲਬਾਤ ਬਣਦੀ ਹੈ, ਤਾਂ ਸ਼ਾਇਦ ਉਹਨਾਂ ਨੂੰ ਭਵਿੱਖ ਦੇ ਵਿੱਚ ਫੇਰ ਵੀ ਜਿਹੜੀ ਰਿਹਾਈ ਦਾ ਰਾਹ ਉਹਨਾਂ ਦਾ ਪੱਧਰਾ ਹੋਏਗਾ ਜੀ। ਇਸ ਵਾਰੀ 21 ਦਿਨ ਦੀ ਮਿਲੀ ਹੈ ਤੇ ਅੱਗੇ ਕਿਸੇ ਸਮੇਂ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਸਮੇਂ ਵਾਸਤੇ ਵੀ ਪੈਰੋਲ ਜਿਹੜੀ ਮਿਲ ਸਕਦੀ ਹੈ, ਫੇਰ ਜਿਹੜੀ ਸਜ਼ਾ ਹੁੰਦੀ ਹੈ ਉਹਦੇ ਵਿੱਚ ਮਾਫ਼ੀ ਵੀ ਮਿਲ ਸਕਦੀ ਹੈ। ਪਰ ਉਹਨਾਂ ਦੇ ਉੱਤੇ ਬਹੁਤ ਗੰਭੀਰ ਜਿਹੜੇ ਅਪਰਾਧ ਨੇ, ਬਲਾਤਕਾਰ ਵਰਗੇ ਅਪਰਾਧ ਨੇ, ਕਤਲ ਵਰਗੇ ਜਿਹੜੇ ਦੋਸ਼ ਲੱਗੇ ਹੋਏ ਨੇ ਉਹਨਾਂ ਦੇ ਉੱਤੇ, ਇਹਨਾਂ ਦੇ ਖਿਲਾਫ਼ ਜਿਨ੍ਹਾਂ ਦੇ ਅਧੀਨ ਉਹ ਸਜ਼ਾ ਕੱਟ ਰਹੇ। ਹਾਂਜੀ ਸੰਧੂ ਸਾਹਿਬ, ਚਰਨਜੀਤ ਚੰਨੀ ਬਾਰੇ ਖਬਰ ਹੈਗੀ ਹੈ, ਰਿਪੋਰਟਾਂ ਹੈਗੀਆਂ ਵੀ ਉਹ ਬੜੇ ਓਵਰ ਕੌਨਫੀਡੈਂਟ ਹੋ ਗਏ ਹੈ ਸਰਕਾਰ ਬਣਨ ਤੋਂ ਪਹਿਲਾਂ ਹੀ। ਸੁਣਿਆ ਮੰਤਰੀ ਉਹਦੇ ਜਿਹੜੇ ਹੈਗੇ ਵੰਡਣ ਲੱਗ ਪਏ। ਬਿਲਕੁਲ ਠੀਕ ਆ ਪ੍ਰਵੇਸ਼ ਜੀ, ਉਹਦੇ ਵਿੱਚ ਇੱਕ ਚੀਜ਼ ਇਹ ਆ ਕਿ ਕੁਛ ਥੋੜਾ ਜਿਹਾ ਗ੍ਰਾਫ ਜਿਹੜਾ ਕਾਂਗਰਸ ਦਾ ਪਹਿਲਾਂ ਦੇ ਮੁਕਾਬਲੇ, ਜਿਸ ਜੋ ਸਥਿਤੀ ਕੈਪਟਨ ਅਮਰਿੰਦਰ ਸਿੰਘ ਦੇ 4.5 ਸਾਲਾਂ ਦੌਰਾਨ ਕਾਂਗਰਸ ਸੀ ਉਹਦੇ ਮੁਕਾਬਲੇ ਤਾਂ ਥੋੜਾ ਜਿਹਾ ਬਿਹਤਰ ਹੋਇਆ। ਔਰ ਥੋੜੀ ਜਿਹੀ ਜਿਹੜੀ ਹੈ ਉਹ ਚਰਚਾ ਹੋਣ ਲੱਗੀ ਹੈ, ਥੋੜੀ ਜਿਹੀ ਚਰਚਾ ਇਸ ਕਰਕੇ ਵੀ ਹੋਣ ਲੱਗੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ CM ਫੇਸ ਐਲਾਨਿਆ ਗਿਆ, ਇਸ ਕਰਕੇ ਵੀ ਲੋਕਾਂ ਦੇ ਵਿੱਚ ਜਿਹੜੀ ਹੈ ਇਹ ਆਵਾਜ਼ ਗਈ ਹੈ, ਗੱਲਬਾਤ ਗਈ ਹੈ। ਪਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਜਿੰਨਾ ਕੁ ਗ੍ਰਾਫ ਉੱਚਾ ਹੋਇਆ ਉਹਦੇ ਤੋਂ ਆਪ ਕਿਤੇ ਬਹੁਤ ਜ਼ਿਆਦਾ ਉੱਚੇ ਲੱਗ ਰਹੇ ਆ ਇਸ ਵੇਲੇ। ਉਹਦੇ ਦੋ ਕਾਰਨ ਹੈ, ਇੱਕ ਤਾਂ ਇਹ ਕਾਰਨ ਹੈ ਕਿ ਉਹਨਾਂ ਨੂੰ ਇੰਜ ਲੱਗਦਾ ਹੈ, ਬੇਸ਼ੱਕ ਉਹ ਕਿਉਂਕਿ ਉਹ ਬੜੇ ਮਤਲਬ ਬੜੇ ਢੰਗ ਨਾਲ ਗੱਲਬਾਤ ਕਰਦੇ ਆ, ਬੜੀ ਮਿੱਠੀ ਭਾਸ਼ਾ ਚ ਬੋਲਦੇ ਆ, ਬੜੀ ਡਿਪਲੋਮੈਟਿਕ ਭਾਸ਼ਾ ਚੋਂ ਗੱਲ ਕਰਦੇ ਆ, ਕਦੀ ਵੀ ਆਪਣੇ ਤੇਵਰ ਜਿਹੜੇ ਆ ਉਹ ਵਿਗਾੜਦੇ ਨਹੀਂ। ਥੋੜਾ ਜਿਹਾ ਜ਼ਿਆਦਾ ਕੰਪੈਰੇਟਿਵਲੀ ਨਵਜੋਤ ਸਿੱਧੂ ਦੇ ਸ਼ਾਂਤ ਰਹਿ ਕੇ ਗੱਲਬਾਤ ਕਰਨ ਦੇ ਆਦੀ ਹੈ, ਹੋਰ ਲੀਡਰਸ਼ਿਪ ਦੇ ਮੁਕਾਬਲੇ ਵੀ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਦੇਖੋ ਉਹਨਾਂ ਦਾ ਕਿ ਉਹਨਾਂ ਨੇ ਉਹਨਾਂ ਨੂੰ ਆਰਾਮ ਨਾਲ ਹੀ ਟੈਕਲ ਕਰ ਲਿਆ। ਜਿਵੇਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਖਾਮੀ ਰਹਿਣ ਦੀ ਗੱਲ ਆਈ ਸੀ ਜਦੋਂ ਫਿਰੋਜ਼ਪੁਰ ਉਹਨਾਂ ਦੀ 5 ਜਨਵਰੀ ਨੂੰ ਰੈਲੀ ਸੀ ਤੇ ਇਹ ਉਂਗਲ ਸਿੱਧੀ ਜਿਹੜੀ ਸੀ ਪੰਜਾਬ ਸਰਕਾਰ ਵੱਲ ਆਈ ਸੀ ਕਿ ਪੰਜਾਬ ਸਰਕਾਰ ਨੇ ਪ੍ਰਬੰਧ ਨਹੀਂ ਕੀਤੇ, ਖਾਸ ਕਰਕੇ ਉਸ ਵੇਲੇ ਜਦੋਂ ਪ੍ਰਧਾਨ ਮੰਤਰੀ ਨੇ ਬਠਿੰਡਾ ਦੇ ਏਅਰਪੋਰਟ ਦੇ ਉੱਤੇ ਜਾ ਕੇ ਟਿੱਪਣੀ ਕੀਤੀ ਸੀ ਕਿ ਉੱਥੇ ਕੁਛ ਅਧਿਕਾਰੀਆਂ ਨੂੰ ਇਹ ਗੱਲ ਕਹੀ ਸੀ ਕਿ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰ ਦੇਣਾ, ਮੈਂ ਇੱਥੋਂ ਜਿੱਦਾਂ ਵਾਪਸ ਜਾ ਰਿਹਾ। ਇਹ ਬੜੀ ਬੜੀ ਮਤਲਬ ਵੱਡੀ ਗੱਲ ਸੀ ਇਹ ਜਿਹੜੀ ਉਹਨਾਂ ਨੇ ਕਹੀ ਸੀ।
ਭਾਵੇਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਪਰ ਜੋ ਪ੍ਰਧਾਨ ਮੰਤਰੀ ਜਿਹੜੇ ਸ਼ਬਦ ਕਹੇ ਸੀਗੇ ਉਹਨਾਂ ਦਾ ਸਿੱਧਾ ਅਸਰ ਜਿਹੜਾ ਸੀ ਉਹ ਪੰਜਾਬ ਸਰਕਾਰ ਦੇ ਉੱਤੇ ਪੈਂਦਾ ਦਿਖਾਈ ਦੇ ਰਿਹਾ ਸੀ। ਜੀ ਤੇ ਉਹਦੇ ਉਸ ਸਾਰੇ ਚੱਕਰ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਜਿਹੜੇ ਸੀ ਉਹ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ, ਨਿਕਲਣ ਦੀ ਕੋਸ਼ਿਸ਼ ਕੀਤੀ, ਤੇ ਉਹ ਗੱਲ ਬਹੁਤ ਜ਼ਿਆਦਾ ਉਹਨਾਂ ਨੇ ਦਿਲ ਨੂੰ ਨਹੀਂ ਲਾਈ। ਪ੍ਰਧਾਨ ਮੰਤਰੀ ਜੋ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਔਰ ਸਾਰੀਆਂ ਗੱਲਾਂ ਬਾਤਾਂ ਕਰਕੇ ਉਸ ਤੋਂ ਅੱਗੇ ਆ ਗਏ। ਦੂਜੀ ਸਥਿਤੀ ਉਹਨਾਂ ਦੇ ਸਾਹਮਣੇ ਉਦੋਂ ਜਿਹੜੀ ਬੜੀ ਵੱਡੀ ਖੜੀ ਹੋਈ ਸੀ, ਜਿਸ ਵੇਲੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਸੀਐਮ ਫੇਸ ਵਾਸਤੇ ਆਪਣਾ ਭੱਜ ਦੌੜ ਕਰ ਰਹੇ ਸੀ, ਜ਼ੋਰ ਲਗਾ ਰਹੇ ਸੀ, ਵਾਹ ਲਾ ਰਹੇ ਸੀ, ਤੇ ਉਹ ਆਪ ਉਸ ਵੇਲੇ ਮੁੱਖ ਮੰਤਰੀ ਸੀ, ਭਾਵੇਂ 111 ਦਿਨ ਹੀ ਮੁੱਖ ਮੰਤਰੀ ਰਹੇ ਆ, ਪਰ ਉਹ ਇਸ ਚੀਜ਼ ਨੂੰ ਵੀ ਟੈਕਲ ਕਰਦੇ ਰਹੇ ਤੇ ਆਪਣੀਆਂ ਗੋਟੀਆਂ ਆਪਣੇ ਹਿਸਾਬ ਨਾਲ ਫਿੱਟ ਕਰਦੇ ਰਹੇ, ਜਿਹਦੇ ਵਿੱਚ ਉਹ ਅਖੀਰ ਦੇ ਉੱਤੇ ਜਾ ਕੇ ਕਾਮਯਾਬ ਹੋ ਗਏ। ਤੀਜੀ ਗੱਲ ਉਸ ਵੇਲੇ ਆਈ ਜਦੋਂ ਉਹਨਾਂ ਦੇ ਭਾਣਜੇ ਦੇ ਉੱਤੇ, ਜਿਹੜਾ ਐਕਚੁਅਲੀ ਉਹਨਾਂ ਦਾ ਭਾਣਜਾ ਨਹੀਂ, ਉਹਨਾਂ ਦੀ ਵਾਈਫ ਦਾ ਭਾਣਜਾ ਦੱਸਿਆ ਜਾ ਰਿਹਾ, ਭੁਪਿੰਦਰ ਸਿੰਘ ਹਨੀ, ਜਿਹੜੇ ਉੱਤੇ ਇਹ ਇਲਜ਼ਾਮ ਲੱਗਿਆ ਕਿ ਉਹਨਾਂ ਦੇ ਘਰੋਂ 11 ਕਰੋੜ ਰੁਪਈਆ ਬਰਾਮਦ ਹੋਇਆ, ਜਿਹੜਾ ਰੇਤ ਮਾਫੀਆ ਤੋਂ ਇਕੱਠਾ ਕੀਤਾ ਗਿਆ ਸੀ, ਔਰ ਉਹ ਆਪ ਵੀ ਮੰਨ ਗਿਆ ਈਡੀ ਦੀ ਜਾਂਚ ਪੜਤਾਲ ਦੇ ਵਿੱਚ ਕਿ ਰੇਤ ਮਾਫੀਆ ਤੋਂ ਇਕੱਠਾ ਕੀਤਾ ਮੈਂ, ਜਾਂ ਅਫਸਰਾਂ ਦੀਆਂ ਨਿਯੁਕਤੀਆਂ ਬਦਲੀਆਂ ਦੇ ਬਦਲੇ ਇਕੱਠਾ ਕੀਤਾ, ਇਸ ਗੱਲ ਨੂੰ ਵੀ ਸਾਰਾ ਕੁਛ ਉਹ ਜਿਹੜਾ ਸੀ ਸਹਿਜ ਭਾਵ ਦੇ ਨਾਲ ਲੈ ਗਏ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੋ ਕੁਛ ਉਹ ਬੋਲਦੇ ਆ ਸਹਿਜ ਭਾਵ ਦੇ ਨਾਲ, ਉਹ ਅੰਦਰੋਂ ਵੀ ਉਨੇ ਹੀ ਸਹਿਜ ਭਾਵ ਨੇ, ਅੰਦਰੋਂ ਉਹ ਉਤਸੁਕ ਨੇ ਔਰ ਅੱਗੋਂ ਫੇਰ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ, ਇਸ ਗੱਲ ਲਈ ਕੌਨਫੀਡੈਂਟ ਨੇ ਕਿ ਉਹਨਾਂ ਦੀ ਸਰਕਾਰ ਬਣੇਗੀ, ਪ੍ਰਜਾ ਦੇ ਵਿੱਚ ਉਹ ਇਹੀ ਸੰਦੇਸ਼ ਵੰਡ ਰਹੇ ਨੇ, ਔਰ ਉਹ ਇਹ ਕਹਿ ਰਹੇ ਨੇ ਆਪਣੇ ਹਲਕੇ ਦੇ ਵੋਟਰਾਂ ਨੂੰ ਵੀ, ਦੋ ਸੀਟਾਂ ਤੋਂ ਉਹ ਜਿੱਥੋਂ ਲੜ ਰਹੇ ਨੇ ਉੱਥੇ ਵੀ ਵੋਟਰਾਂ ਨੂੰ ਇਹੀ ਜਾ ਕੇ ਕਹਿ ਰਹੇ ਨੇ ਕਿ ਤੁਸੀਂ MLA ਨਹੀਂ ਚੁਣਨਾ, ਤੁਸੀਂ ਮੁੱਖ ਮੰਤਰੀ ਚੁਣਨਾ, ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾਓਗੇ ਤੇ ਤੁਸੀਂ ਸਿਰਫ ਇੱਕ MLA ਚੁਣੋਗੇ, ਜੇ ਤੁਸੀਂ ਸਾਨੂੰ ਵੋਟ ਪਾ ਰਹੇ ਹੋ ਤੇ ਤੁਸੀਂ ਮੁੱਖ ਮੰਤਰੀ ਚੁਣ ਰਹੇ ਹੋ। ਔਰ ਇਹੀ ਗੱਲ ਉਹਨਾਂ ਨੇ ਹੋਰ ਵੀ ਇੱਕ ਦੋ ਜਗ੍ਹਾ ਦੇ ਉੱਤੇ ਜਾ ਕੇ ਕਹੀ, ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਉਹਨਾਂ ਨੇ, ਜਿਹੜੇ ਇਸ ਵੇਲੇ ਕਾਂਗਰਸ ਦੇ ਵਿੱਚ ਡਿਪਟੀ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੇ ਸੰਬੰਧ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ, ਉੱਥੇ ਵੀ ਵੋਟਰਾਂ ਨੂੰ ਉਹਨਾਂ ਨੇ ਇਹੀ ਗੱਲ ਕਹੀ ਕਿ ਤੁਸੀਂ ਜਦੋਂ ਰੰਧਾਵਾ ਸਾਹਿਬ ਨੂੰ ਵੋਟ ਪਾ ਰਹੇ ਹੋ ਤੇ ਤੁਸੀਂ ਕੋਈ MLA ਨਹੀਂ ਚੁਣ ਰਹੇ, ਤੁਸੀਂ ਡਿਪਟੀ CM ਚੁਣ ਰਹੇ ਹੋ, ਮਤਲਬ ਅੱਗੋਂ ਫਿਰ ਉਹਨਾਂ ਨੂੰ ਇਹ ਭਰੋਸਾ ਦੇ ਦਿੱਤਾ ਗਿਆ ਕਿ ਤੁਹਾਨੂੰ ਡਿਪਟੀ CM ਹੀ ਬਣਾਇਆ ਜਾਵੇਗਾ। ਜਦਕਿ ਕਿਆਸਰਾਈਆਂ ਵਿੱਚ ਇਹ ਵੀ ਲੱਗ ਰਹੀਆਂ ਸੀ ਕਿ ਨਵਜੋਤ ਸਿੱਧੂ ਜੇ ਜਿੱਤ ਜਾਂਦੇ ਆ ਜਾਂ ਸਰਕਾਰ ਬਣਦੀ ਹੈ ਤੇ ਉਹਨਾਂ ਨੂੰ ਡਿਪਟੀ CM ਬਣਾਇਆ ਜਾ ਸਕਦਾ ਹੈ, ਜਾਂ ਉਹਨਾਂ ਨੂੰ ਕੋਈ ਸਟੈਮ ਜਿਹੜੇ ਮੰਤਰਾਲੇ ਨੇ ਉਹ ਦਿੱਤੇ ਜਾ ਸਕਦੇ ਨੇ। ਜਿਹੜੀ ਗੱਲਬਾਤ ਜਦੋਂ ਰਾਹੁਲ ਗਾਂਧੀ ਹੋਰਾਂ ਨੇ ਲੁਧਿਆਣਾ ਚ ਐਲਾਨ ਕੀਤਾ ਸੀ CM ਫੇਸ ਦਾ, ਉਸ ਵੇਲੇ ਦੀ ਗੱਲਬਾਤ ਵੀ ਸਾਹਮਣੇ ਆਈ ਸੀ ਕਿ ਜਿਹੜਾ ਰੇਤ ਮਾਫੀਆ, ਸ਼ਰਾਬ ਮਾਫੀਆ, ਨਸ਼ਾ ਮਾਫੀਆ, ਇਹਨਾਂ ਦੇ ਮੰਤਰਾਲਿਆਂ ਦੀ ਕਮਾਨ ਸਿੱਧੀ ਸਿੱਧੂ ਦੇ ਹੱਥ ਚ ਸੌਂਪੀ ਜਾਏਗੀ, ਤਾਂ ਕਿ ਜੋ ਇਹ ਗੱਲ ਕਹਿੰਦੇ ਆ ਰਹੇ ਨੇ ਇਹ ਉਸ ਸੰਬੰਧ ਦੇ ਵਿੱਚ ਕਾਰਵਾਈ ਕਰ ਸਕਣ। ਪਰ ਇਹਨਾਂ ਗੱਲਾਂ ਦੇ ਉੱਤੇ ਵੀ ਨਾਲ ਨਾਲ ਹੀ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹ ਪੋਚਾ ਫੇਰੀ ਜਾ ਰਹੇ ਨੇ ਕਿ ਡਿਪਟੀ CM ਜਿਹੜੇ ਨੇ ਉਹ ਅਗਲੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੀ ਹੋਣਗੇ। ਨਾਲ ਉਹਨਾਂ ਨੇ ਉਹਨਾਂ ਦੀ ਇਹ ਵੀ ਭੂਮਿਕਾ ਬੰਨੀ ਕਿ ਜਿਹੜਾ ਬਿਕਰਮ ਮਜੀਠੀਆ ਦੇ ਉੱਤੇ ਡਰੱਗਸ ਦਾ ਕੇਸ ਦਰਜ ਹੋਇਆ ਉਹਦੇ ਚ ਰੰਧਾਵਾ ਸਾਹਿਬ ਦਾ ਬੜਾ ਵੱਡਾ ਯੋਗਦਾਨ ਸੀ, ਉਹਨਾਂ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਹੈ, ਉਹਨਾਂ ਨੇ ਕੰਮ ਬਹੁਤ ਕੀਤਾ, ਇਸ ਕਰਕੇ ਤੁਸੀਂ ਉਹਨਾਂ ਨੂੰ ਵੋਟ ਪਾਓ ਤੇ ਡਿਪਟੀ CM ਚੁਣੋ। ਇੱਕ ਨਿਸ਼ਾਨਾ ਹੋਰ ਉਹਨਾਂ ਨੇ ਲਾਇਆ ਕਿ ਜਿਹੜਾ ਹਲਕਾ ਖਡੂਰ ਸਾਹਿਬ ਹੈ ਉੱਥੋਂ ਜਿਹੜਾ ਰਮਨਜੀਤ ਸਿੰਘ ਸਿੱਕੀ ਖੜੇ ਆ ਕਾਂਗਰਸ ਵੱਲੋਂ, ਜਿਹੜੇ 2 ਵਾਰ ਪਹਿਲਾਂ MLA ਬਣੇ ਸੀ, ਅਜੇ ਕਿ ਉੱਥੇ ਜਿਹੜਾ ਉਸ ਹਲਕੇ ਦਾ ਸੰਸਦ ਮੈਂਬਰ ਹੈ ਕਾਂਗਰਸ ਪਾਰਟੀ ਦਾ ਜਸਵੀਰ ਸਿੰਘ ਡਿੰਪਾ, ਉਹ ਉਹਨਾਂ ਨਾਲ ਉਹਨਾਂ ਦੀ ਅੜਫਸ ਵੀ ਚੱਲ ਰਹੀ ਹੈ, ਪਰ ਜਿਹੜੇ ਚਰਨਜੀਤ ਸਿੰਘ ਚੰਨੀ ਹੈ ਉਹਨਾਂ ਨੇ ਜਦੋਂ ਜਾ ਕੇ ਸਿੱਕੀ ਦੇ ਹੱਕ ਵਿੱਚ ਉੱਥੇ ਰੈਲੀ ਕੀਤੀ ਤੇ ਉੱਥੇ ਵੀ ਇਹੋ ਗੱਲ ਕੀਤੀ ਕਿ 2 ਵਾਰੀ ਇਹ MLA ਰਹੇ ਨੇ, ਇਸ ਵਾਰੀ MLA ਨਹੀਂ ਹੋਣਗੇ, ਇਸ ਵਾਰੀ ਇਹ ਮੰਤਰੀ ਹੋਣਗੇ, ਤੁਸੀਂ ਜੇ ਇਹਨਾਂ ਨੂੰ ਵੋਟ ਪਾਓਗੇ ਤੇ ਤੁਸੀਂ ਮੰਤਰੀ ਚੁਣ ਰਹੇ ਹੋ, ਤੁਸੀਂ MLA ਨਹੀਂ ਚੁਣ ਰਹੇ। ਜੀ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਲੋਕਾਂ ਨੂੰ ਰਾਜੀ ਕਰ ਰਹੇ ਨੇ ਕਿ ਕਾਂਗਰਸ ਦੀ ਸਰਕਾਰ ਬਣ ਰਹੀ ਹੈ, ਤੁਹਾਡੇ ਹਲਕੇ ਦਾ ਬੰਦਾ ਜਿਹੜਾ ਇਹ MLA ਨਹੀਂ ਬਣ ਰਿਹਾ, ਮੰਤਰੀ ਬਣ ਰਿਹਾ, ਇਸ ਕਰਕੇ ਤੁਸੀਂ ਇਸ ਪਾਰਟੀ ਨੂੰ, ਔਰ ਸ਼ਾਇਦ ਇਹ ਉਹਨਾਂ ਦਾ ਜਿਹੜਾ ਅੰਦਾਜ਼ ਹੈ ਜਾਂ ਉਹਨਾਂ ਦਾ ਸਟਾਈਲ ਹੈ ਗੱਲਬਾਤ ਕਰਨ ਦਾ ਜਾਂ ਢੰਗ ਤਰੀਕਾ ਕੁਛ ਹੱਦ ਤੱਕ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਤੇ ਇਹ ਗੱਲ ਬੜੀ ਉਹ ਉਭਾਰ ਕੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਬੜੇ ਖੁੱਲ ਕੇ ਜ਼ਿਆਦਾ ਸਾਹਮਣੇ ਆਏ ਨੇ, ਸਾਰੇ ਪੰਜਾਬ ਵਿੱਚ ਪ੍ਰਚਾਰ ਕਰ ਰਹੇ ਨੇ, ਜਦੋਂ ਤੋਂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਿੱਧੂ ਨੂੰ ਠਿੱਬੀ ਲਾ ਕੇ ਉਹ ਅੱਗੇ CM ਫੇਸ ਬਣ ਗਏ, ਤੇ ਹੁਣ ਪੂਰੇ ਪੰਜਾਬ ਵਿੱਚ ਇਸੇ ਢੰਗ ਨਾਲ ਹੀ ਵਿਚਰ ਰਹੇ ਨੇ ਕਿ ਅਗਲੇ ਮੁੱਖ ਮੰਤਰੀ ਉਹ ਹੀ ਹੋਣਗੇ। ਜੀ ਸੰਧੂ ਸਾਹਿਬ, ਚੋਣ ਕਮਿਸ਼ਨ ਨੇ ਲੁਧਿਆਣਾ ਦੇ ਵਿਧਾਇਕ ਸਿਮਰਨਜੀਤ ਬੈਂਸ ਤੇ ਕਾਂਗਰਸ ਦੇ ਜਿਹੜੇ ਉਮੀਦਵਾਰ ਹੈਗੇ ਕਰਵਲ, ਉਹਨਾਂ ਦੀ 24 ਘੰਟੇ ਵਾਸਤੇ ਵੀਡੀਓ ਨਿਗਰਾਨੀ ਦੇ ਹੁਕਮ ਜਾਰੀ ਕੀਤੇ, ਯਾਨੀ ਕਿ 24 ਘੰਟੇ ਲਗਾਤਾਰ, 24 ਘੰਟੇ ਫਿਰ 24 ਘੰਟੇ ਫਿਰ 24 ਘੰਟੇ ਉਹਨਾਂ ਦੀ ਵੀਡੀਓ ਨਿਗਰਾਨੀ ਹੁੰਦੀ ਰਹੂਗੀ, ਕੀ ਚੱਕਰ ਹੈ?
मतलब ये रोजाना ही है क्योंकि परसों उन्होंने झड़प हो गई थी आपस के इटा वटे उन्होंने चले सीगे गोली भी चली सी फायर भी होए सीगे उन्होंने उत्ते और इस गल नू लैके जिहड़ा उन्होंने खिलाफ जिहड़ा सिमरजीत बैंस उन्होंने खिलाफ परचा भी दर्ज होया उन्होंने खिलाफ 33-34-35 बंदे होर सी फिर उन्होंने सिमरजीत बैंस नू कचहरिया दे विचों जो वकीलों का एक प्रोग्राम करके बाहर आ रहे थे उन्होंने गिरफ्तार भी कर लिया गया। बाद हालांकि उन्होंने चोन कमीशन तक पहुंच की चोन कमीशन ने उन्होंने रिहा कर दिता बट चोन कमीशन ने ए ऑर्डर जारी कर दिते है कि जिहड़े उन्होंने मुकाबले च कांग्रेस के कैंडीडेट आ कमलजीत करवल जिहड़े ये लोक इंसाफ पार्टी के विधायक भी ने सिटिंग विधायक सिमरजीत बैंस अगों भी मैदान दे विच ने इन्हां दी 24 आवर वीडियो निगरानी की जाए ताकि अगे तो कोई इस तरह की हिंसक घटना जा कोई हिंसक वारदात जी ना हो सके। ये दोवे आत्मनगर हल्के तो मैदान दे विच ने और मेरा ख्याल जो जिथो तक का चोन इतिहास आपां नूं याद है अज तक कदी भी चोन कमीशन वालों इस तरह के ऑर्डर नहीं किए गए कि किसी हल्के के उम्मीदवार की 24 आवर जी वीडियो निगरानी की जा रही हो और लगातार उन्होंने हूँ कल तो कल सवेर तो लैके हूं तक लगातार जी निगरानी उन्होंने की जा रही है ताकि इन्होंने कोई दोबारा इस तरह की झड़पना हो और एक SHO के उत्ते भी इस चीज का नजला डिगया जो उस इलाके का जिथे गड़बड़ हुई थी झड़प हुई थी इटा वटे चले सी ओनू भी लाइन हाजिर किया गया ओरी थां कोई नवे इंस्पैक्टर की तैनाती चोन कमीशन ने की है और उन्होंने कहा गया यह संदेश देने की कोशिश की है कि पुलिस के प्रबंधों में खामी करके ये सारा कुछ होया भविष्य में नहीं होना चाहिए। संधु साहब आप चार खबर की होर गल करांगे पर आप थोड़े फटाफट अंदाज करनी है क्योंकि समा अपने को पूरा पूरा पर आप स्रोतियां ते पूरी जानकारी पहुँचा दीए सो थोड़ा जहा समझ लियो कि आप संखेप ही आप गलबात करांगे। स्टेज ते बैठे नवजोत सिंह सिद्धू बारे खबर है भी मूँह च कोई मंत्र पढ़न लग गए सी उन्होंने बारे तो काफी चर्चा वैसे तो होर भी बहुत उम्मीदवार बारे इस तरह दल्ला होंदिया ने कि जिहड़े उम्मीदवार ने जोशियां कोल पंडतां कोल पुछां पटीतां करन वालियां कोल साधां कोल बाबियां कोल हुण आपां डेरामुखी दी गल करके हटे आ ਉਹ ਕੀ ਹੈ ਸਾਰਾ ਕੁਛ ਇਹੀ ਹੈ ਕਿ ਸਾਡੇ ਏਦਾਂ ਦੇ ਵਿਸ਼ਵਾਸ ਹੈ ਕਿ ਇਹਨਾਂ ਇੱਥੋਂ ਜਾ ਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਕੁਛ ਹਾਸਲ ਹੋ ਸਕਦਾ ਹੈ ਔਰ ਇਹੀ ਗੱਲ ਸਿੱਧੂ ਸਾਹਿਬ ਦੇ ਨਾਲ ਹੁਣ ਜੋੜੀ ਗਈ ਹੈ ਪਹਿਲਾਂ ਵੀ ਇਹ ਹੈ ਕਿ ਉਹਨਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜਾ ਮੂਰਤੀਆਂ ਵੀ ਰੱਖੀਆਂ ਹੋਈਆਂ ਨੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸ਼ਿਵਲਿੰਗ ਵੀ ਸਥਾਪਿਤ ਕੀਤਾ ਹੋਇਆ ਹੈ ਔਰ ਦੋ ਵਾਰੀ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵੀ ਜਾ ਕੇ ਆਏ ਨੇ ਤੇ ਉਸ ਹਲਕੇ ਦੇ ਇੱਕ ਦੇ ਵਿੱਚੋਂ ਗਏ ਸੀਗੇ ਕੋਈ ਦਸ਼ਮੇਸ਼ ਨਗਰ ਹਲਕਾ ਆ ਜਿੱਥੇ ਉਹਨਾਂ ਦਾ ਮਤਲਬ ਚੱਲ ਰਿਹਾ ਹੈਗਾ ਜਿੱਥੇ ਚੋਣ ਲੜ ਰਹੇ ਨੇ ਤਾਂ ਉੱਥੇ ਜਾ ਕੇ ਉਹ ਪਤਾ ਲੱਗਿਆ ਕਿ ਜਦੋਂ ਉਹ ਜਿੱਥੇ ਜਿਹਦੇ ਘਰ ਦੇ ਵਿੱਚ ਕਿਸੇ ਦੇ ਸੰਬੋਧਨ ਕਰ ਰਹੇ ਸੀਗੇ ਤੇ ਉਹਦੇ ਤੋਂ ਬਾਅਦ ਜਦੋਂ ਉਹ ਬੈਠੇ ਸੀ ਸਟੇਜ ਦੇ ਉੱਤੇ ਤਾਂ ਮੂੰਹ ਵਿੱਚ ਕੁਛ ਗੁਣ ਬਣਾ ਰਹੇ ਸੀ ਕੁਛ ਮੰਤਰ ਪੜ ਰਹੇ ਸੀ ਉਹ ਲੋਕਾਂ ਨੇ ਉਹਨਾਂ ਦੀ ਵੀਡੀਓ ਖਿੱਚ ਕੇ ਜਿਹੜੀ ਉਹ ਵਾਇਰਲ ਕਰ ਦਿੱਤੀ ਕਿ ਉਹ ਕੋਈ ਜੰਤਰ ਮੰਤਰ ਪੜ ਰਹੇ ਸੀ ਉੱਥੇ ਬੈਠੇ ਹੁਣ ਉਹ ਗੱਲ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਤੇ ਅੱਜ ਵੀ ਅਖਬਾਰਾਂ ਦੇ ਵਿੱਚ ਸੁਰਖੀਆਂ ਵੀ ਬਣੀਆਂ ਨੇ ਉਹ ਕਿ ਉਹ ਇਸ ਤਰ੍ਹਾਂ ਦਾ ਕੋਈ ਸਹਾਰਾ ਜਿਹੜਾ ਲੈ ਰਹੇ ਸੀਗੇ ਮੋਹਕਮਪੁਰਾ ਖੇਤਰ ਦੇ ਵਿੱਚ ਗਏ ਸੀ ਜਿੱਥੇ ਜਾ ਕੇ ਉਹਨਾਂ ਨੇ ਇਸ ਤਰ੍ਹਾਂ ਦਾ ਸਟੇਜ ਦੇ ਉੱਤੇ ਬੈਠਿਆ ਦਰਸਾਇਆ ਤੇ ਉਹ ਚੀਜ਼ ਵਾਇਰਲ ਹੋਈ ਕਿ ਉਹ ਕੋਈ ਜੰਤਰ ਮੰਤਰ ਆਪਣੇ ਤੰਤਰ ਮੰਤਰ ਕੁਛ ਜਿਹੜਾ ਸੀ ਉਹ ਮਨ ਦੇ ਵਿੱਚ ਪੜ ਰਹੇ ਸੀ ਸੋ ਇਹ ਆਸਥਾ ਹੁੰਦੀ ਹੈ ਨਿਸ਼ਚਾ ਹੁੰਦੀ ਹੈ ਸ਼ਰਧਾ ਹੁੰਦੀ ਹੈ ਉਮੀਦਵਾਰਾਂ ਦੀ ਹੋਰ ਵੀ ਬਹੁਤ ਸਾਰਿਆਂ ਦੀ ਹੈ ਜੇ ਸਿੱਧੂ ਸਾਹਿਬ ਦੀ ਵੀ ਹੈ ਤੇ ਇਹ ਉਹਨਾਂ ਦੀ ਆਪਣੀ ਇੱਛਾ ਜਾਂ ਆਪਣੀ ਮਰਜ਼ੀ ਹੈ ਵੋਟਰਾਂ ਦਾ ਇਹਦੇ ਨਾਲ ਕੋਈ ਸੰਬੰਧ ਇੰਨਾ ਲੰਬਾ ਚੌੜਾ ਨਹੀਂ। ਸੰਧੂ ਸਾਹਿਬ ਆਮ ਆਦਮੀ ਪਾਰਟੀ ਦੇ ਵਰਕਰ ਨੇ ਰਾਣਾ ਗੁਰਜੀਤ ਦੇ ਬੰਦਿਆਂ ਤੇ ਕੁੱਟਮਾਰ ਦੇ ਦੋਸ਼ ਲਾਏ ਹੈਗੇ ਖੁਦਕੁਸ਼ੀ ਦੀ ਕਹਿੰਦੇ ਉਹਨੇ ਕੋਸ਼ਿਸ਼ ਕੀਤੀ ਹੈ। ਬਿਲਕੁਲ ਜੀ ਉੱਥੇ ਦੀ ਇੱਕ ਔਰਤ ਹੈ 55 ਸਾਲ ਦੀ ਸੁਸ਼ਮਾ ਆਨੰਦ ਉਹਨਾਂ ਨੇ ਉਹ ਕਪੂਰਥਲਾ ਦੀ ਰਹਿਣ ਵਾਲੀ ਹੈ ਕਪੂਰਥਲਾ ਦੇ ਵਿੱਚ ਰਾਣਾ ਗੁਰਜੀਤ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਵੱਲੋਂ ਇੱਕ ਮੰਜੂ ਰਾਣਾ ਹੈ ਉਹ ਮੈਦਾਨ ਦੇ ਵਿੱਚ ਹੈ ਔਰ ਇਹ ਕਿਹਾ ਗਿਆ ਉਹਨਾਂ ਨੇ ਕਿ ਮਤਲਬ ਉਹਨਾਂ ਦੇ ਨਾਲ ਰਾਣਾ ਗੁਰਜੀਤ ਦੇ ਬੰਦਿਆਂ ਨੇ ਬਦਸਲੂਕੀ ਕੀਤੀ ਹੈ ਜਿਹਦੇ ਖਿਲਾਫ਼ ਫਿਰ ਉਹਨਾਂ ਨੇ ਆਪਣੇ ਆਪ ਦੇ ਉੱਤੇ ਕੁਛ ਤੇਜ਼ਾਬ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਪਾ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਪੁਲਿਸ ਵਾਲਿਆਂ ਨੇ ਔਰ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਹਾਲਤ ਜਿਹੜੀ ਉਹ ਖਤਰੇ ਤੋਂ ਬਾਹਰ ਹੈ ਪਰ ਜਿਹੜੀ ਉਹ ਕੈਂਡੀਡੇਟ ਆ ਉਹਨੇ ਵੀ ਤੇ ਉਹਨਾਂ ਦੇ ਵਰਕਰਾਂ ਨੇ ਵੀ ਫਿਰ ਧਰਨਾ ਲਾਇਆ ਹਾਲਾਂਕਿ ਰਾਣਾ ਉਹਨਾਂ ਨੇ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਦੇ ਜਿਹੜੇ ਬੰਦਿਆਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਦੇ ਖਿਲਾਫ਼ ਪੁਲਿਸ ਕਾਰਵਾਈ ਨਹੀਂ ਕਰ ਰਹੀ ਇਸ ਕਰਕੇ ਧਰਨਾ ਲਾਇਆ ਗਿਆ
ਤੇ ਦੋ ਵਰਕਰ ਜਿਹੜੇ ਸੀ ਉਹ ਆਮ ਆਦਮੀ ਪਾਰਟੀ ਦੇ ਫੜ ਲਏ, ਜਿਹਨਾਂ ਵਿੱਚੋਂ ਇੱਕ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਪਰ ਦੂਜਾ ਅਜੇ ਵੀ ਨਹੀਂ ਛੱਡਿਆ ਗਿਆ। ਫਿਰ ਧਰਨਾ ਉਦੋਂ ਖਤਮ ਹੋਇਆ ਜਦੋਂ ਕਪੂਰਥਲਾ ਦੇ ਇੱਕ ਅਧਿਕਾਰੀ ਜਿਹੜੇ ਆ SDM ਉਹਨਾਂ ਨੇ ਆ ਕੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਪੂਰੀ ਇਹਦੀ ਜਾਂਚ ਕਰਾਂਗੇ ਸਾਰੇ ਮਾਮਲੇ ਦੀ, ਜੋ ਵੀ ਦੋਸ਼ੀ ਪਾਇਆ ਜਾਵੇਗਾ ਉਹਦੇ ਖਿਲਾਫ਼ ਕਾਰਵਾਈ ਹੋਏਗੀ। ਉਹਦੇ ਤੋਂ ਬਾਅਦ ਉਹਨਾਂ ਨੇ ਧਰਨਾ ਚੁੱਕਿਆ ਪਰ ਰਾਣਾ ਗੁਰਜੀਤ ਦੇ ਉੱਤੇ ਉਹਨਾਂ ਨੇ ਦੋਸ਼ ਲਾਏ ਇਸ ਗੱਲ ਦੇ ਕਿ ਉਹਨਾਂ ਦੇ ਬੰਦਿਆਂ ਨੇ ਕੁੱਟਮਾਰ ਕੀਤੀ। ਦਲਿਤ ਲਾੜੇ ਨੂੰ ਘੋੜੀ ਨਹੀਂ ਚੜ੍ਹਨ ਦਿੱਤਾ ਗਿਆ ਜੀ, ਬਰਾਤੀਆਂ ਦੇ ਪਗੜੀ ਬੰਨਣ ਤੇ ਉੱਚੀ ਜਾਤੀ ਦੇ ਜਿਹੜੇ ਲੋਕ ਸੀਗੇ ਉਹ ਨਾਰਾਜ਼ ਹੋ ਗਏ, ਇਹ ਇਹ ਕੀ ਮਸਲਾ ਹੈਗਾ? ਬੜੀ ਮੰਦਭਾਗੀ ਗੱਲ ਹੈ ਕਿ ਭਾਰਤ ਜਿਹੜਾ ਉਹ ਅਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚੋਂ ਜਾਤੀਵਾਦ, ਅੰਧ ਵਿਸ਼ਵਾਸ, ਹੋਰ ਕਈ ਚੀਜ਼ਾਂ ਜਿਹਨਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ। ਔਰ ਸਿਆਸਤਦਾਨ ਜਿਹੜੇ ਨੇ, ਸੱਤਾਧਾਰੀ ਲੋਕ ਨੇ ਜਿਹੜੇ, ਉਹਨਾਂ ਦਾ ਵੀ ਇਹਨਾਂ ਚੀਜ਼ਾਂ ਦੇ ਵੱਲ ਕੋਈ ਧਿਆਨ ਨਹੀਂ ਹੁੰਦਾ। ਹੁਣ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਜਿਹੜੀ ਆ ਉਹ ਕਿਸੇ ਵੀ ਕੰਟਰੀ ਚ ਕਿਸੇ ਵੀ ਦੇਸ਼ ਵਿੱਚ ਕਿਤੇ ਵੀ ਨਹੀਂ ਹੈ, ਪਰ ਭਾਰਤ ਵਿੱਚ ਇਹ ਸਾਰਾ ਕੁਝ ਅਜੇ ਵੀ ਚੱਲਿਆ ਜਾ ਰਿਹਾ ਜਿੱਥੇ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਂਦਾ। ਔਰ ਗੱਲ ਹੈਰਾਨੀ ਦੀ ਇਹ ਆ ਕਿ ਇਹ ਸਾਰਾ ਕੁਝ ਵਾਪਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਿਹੜਾ ਗ੍ਰਹਿ ਸੂਬਾ ਹੋਮ ਸਟੇਟ ਗੁਜਰਾਤ, ਉਹਦੇ ਵਿੱਚ ਉਹਦਾ ਕੋਈ ਬਨਾਸਕਾਂਠਾ ਜ਼ਿਲ੍ਹਾ ਆ ਜਿੱਥੇ ਕਿਸੇ ਪਿੰਡ ਦੇ ਵਿੱਚ ਦਲਿਤ ਲੜਕੇ ਦੀ ਸ਼ਾਦੀ ਸੀ ਔਰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਖਦਸ਼ਾ ਸੀ ਪਹਿਲਾਂ ਕਿ ਸਾਡੇ ਨਾਲ ਕੋਈ ਵਧੀਕੀ ਹੋ ਸਕਦੀ ਹੈ, ਕੋਈ ਮਾਰਕੁੱਟ ਹੋ ਸਕਦੀ ਹੈ। ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਪੁਲਿਸ ਵੀ ਮੌਕੇ ਤੇ ਆ ਗਈ ਔਰ ਉਸ ਪਰਿਵਾਰ ਨੂੰ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਕਿ ਜਿਹੜਾ ਲਾੜਾ ਆ ਇਹਨੂੰ ਘੋੜੀ ਤੇ ਨਹੀਂ ਬਿਠਾਉਣਾ ਤੇ ਬਰਾਤੀ ਜਿਹੜੇ ਨੇ ਉਹ ਪੱਗਾਂ ਨਾ ਬੰਨਣ, ਚੁੱਪ ਕਰਕੇ ਜਾਓ ਤੇ ਆਪਦਾ ਜਿਹੜਾ ਤੁਸੀਂ ਵਿਆਹ ਕਰਨਾ ਵਿਆਹ ਕਰਕੇ ਲੈ ਆਓ, ਕੋਈ ਏਦਾਂ ਦਾ ਧੂਮ ਧੜਕਾ ਨਹੀਂ ਹੋਣਾ ਚਾਹੀਦਾ। ਜਦੋਂ ਪੁਲਿਸ ਆ ਗਈ ਤੇ ਉਹਨਾਂ ਨੇ ਫਿਰ ਲਾੜੇ ਨੂੰ ਕਿਹਾ ਵੀ ਹੁਣ ਤੇ ਪੁਲਿਸ ਹੈਗੀ ਆ, ਹੁਣ ਆਪਾਂ ਇਹਨੂੰ ਘੋੜੀ ਤੇ ਬਿਠਾ ਸਕਦੇ ਹਾਂ। ਉਹ ਘੋੜੀ ਤੇ ਬਿਠਾਇਆ, ਬਰਾਤੀਆਂ ਨੇ ਪੱਗਾਂ ਵੀ ਬੰਨ ਲਈਆਂ ਤੇ ਦੂਜੀ ਧਿਰ ਵਾਲੇ ਜਿਹੜੇ ਸੀਗੇ ਉਹਨਾਂ ਨੇ ਫਿਰ ਇੱਟਾਂ ਵੱਟੇ ਪੱਥਰ ਖੁੱਲ ਕੇ ਚਲਾਏ ਜਿਹਦੇ ਵਿੱਚ ਕੁਛ ਬਰਾਤੀ ਵੀ ਜ਼ਖਮੀ ਹੋਏ, ਕਈਆਂ ਨੂੰ ਸੱਟਾਂ ਫੇਟਾਂ ਲੱਗੀਆਂ ਤੇ ਪੁਲਿਸ ਨੇ ਫਿਰ 28 ਲੋਕਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਤੇ ਉਹਨਾਂ ਦੇ ਖਿਲਾਫ਼ ਕਾਰਵਾਈ ਜਿਹੜੀ ਉਹ ਚੱਲ ਰਹੀ ਹੈ। ਸੋ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਭਾਰਤ ਵਿੱਚ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ। ਬੇਹੱਦ ਬੇਹੱਦ ਦੁੱਖ ਦੀ ਗੱਲ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਸੰਧੂ ਸਾਹਿਬ, ਇੱਕ ਖ਼ਬਰ ਦੀ ਗੱਲ ਹੋਰ ਹੋ ਜੇ, ਕਾਂਗਰਸੀ ਸੰਸਦ ਮੈਂਬਰ ਜਸਬੀਰ ਡਿੰਪਾ ਪਾਰਟੀ ਨਾਲ ਨਾਰਾਜ਼ ਹੋ ਗਏ, ਡਿੰਪਾ ਦਾ ਭਰਾ ਅਕਾਲੀ ਦਲ 'ਚ ਸ਼ਾਮਲ ਹੋ ਰਿਹਾ? ਬਿਲਕੁਲ ਜੀ, ਸ਼ਾਮਲ ਹੋ ਗਿਆ ਸ਼ਾਮਲ ਹੋ ਗਿਆ ਉਹਨਾਂ ਦਾ ਭਰਾ ਜਿਹੜਾ ਰਾਜਨ ਗਿੱਲ ਹੈ ਉਹ ਸ਼ਾਮਲ ਹੋ ਗਿਆ। ਡਿੰਪਾ ਜਿਹੜੇ ਨੇ ਇਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ, ਉੱਥੋਂ ਦੇ ਅਸੈਂਬਲੀ ਹਲਕੇ ਤੋਂ ਆਪਣੇ ਬੇਟੇ ਵਾਸਤੇ ਟਿਕਟ ਚਾਹੁੰਦੇ ਸੀਗੇ ਕਿ ਉਹਨਾਂ ਦੇ ਬੇਟੇ ਨੂੰ ਉੱਥੋਂ ਟਿਕਟ ਦਿੱਤੀ ਜਾਵੇ। ਔਰ ਉੱਥੇ ਸਿਟਿੰਗ ਵਿਧਾਇਕ ਨੇ ਜਿਹੜੇ ਦੋ ਵਾਰ ਤੇ ਰਮਨਜੀਤ ਸਿੰਘ ਸਿੱਕੀ, ਉਹ ਉਹਨਾਂ ਨੂੰ ਹੀ ਤੀਜੀ ਵਾਰੀ ਪਾਰਟੀ ਨੇ ਫਿਰ ਟਿਕਟ ਦਿੱਤੀ ਹੈ। ਇਸ ਗੱਲ ਤੋਂ ਜਦੋਂ ਤੋਂ ਉਹਨਾਂ ਦੀ ਟਿਕਟ ਅਨਾਊਂਸ ਹੋਈ ਹੈ ਜਸਵੀਰ ਸਿੰਘ ਡਿੰਪਾ ਨਾਰਾਜ਼ ਚੱਲ ਰਹੇ ਨੇ ਕਿ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਸੰਸਦ ਮੈਂਬਰ ਨੇ ਜਾਂ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ, ਮੇਰੇ ਬੇਟੇ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ? ਇੱਕ ਤਾਂ ਉਹ ਇਸ ਗੱਲ ਤੋਂ ਨਾਰਾਜ਼ ਹੋ ਕੇ ਸ਼ਰੇਆਮ ਰਮਨਜੀਤ ਸਿੰਘ ਸਿੱਕੀ ਦਾ ਵਿਰੋਧ ਕਰ ਰਹੇ ਨੇ ਔਰ ਉਹ ਵਿਰੋਧ ਦਿਸ ਵੀ ਰਿਹਾ ਅਖਬਾਰਾਂ ਵਿੱਚ, ਖ਼ਬਰਾਂ ਵਿੱਚ ਵੀ ਉਹ ਦਿਸ ਰਿਹਾ ਕਿ ਬਹੁਤ ਥਾਵਾਂ ਦੇ ਉੱਤੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ, ਜਿਹੜੇ ਡਿੰਪਾ ਦੇ ਨਾਲ ਨੇ ਉਹ ਉਹਦਾ ਵਿਰੋਧ ਕਰ ਰਹੇ ਨੇ ਰਮਨਜੀਤ ਸਿੱਕੀ ਦਾ। ਦੂਜੀ ਗੱਲ ਇਹ ਹੋਈ ਵੱਡੀ ਕਿ ਉਹਨਾਂ ਦੇ ਭਰਾ ਨੇ ਤਾਂ ਕਾਂਗਰਸ ਨੂੰ ਅਲਵਿਦਾ ਹੀ ਕਹਿ ਦਿੱਤਾ ਇਸ ਗੱਲ ਤੋਂ ਨਾਰਾਜ਼ ਹੋ ਕੇ ਔਰ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ। ਸੋ ਜਦੋਂ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਜਾਂਦੀਆਂ ਨੇ, ਉਦੋਂ ਪਹਿਲਾਂ ਸੁਲਤਾਨਪੁਰ ਸੀਟ ਤੋਂ ਵੀ ਇਹੀ ਚੱਕਰ ਚੱਲ ਰਿਹਾ ਜਿੱਥੇ ਰਾਣਾ ਗੁਰਜੀਤ ਆਪਣੇ ਬੇਟੇ ਲਈ ਟਿਕਟ ਚਾਹੁੰਦੇ ਸੀ ਉਹਨਾਂ ਨੂੰ ਨਹੀਂ ਮਿਲੀ, ਨਵਤੇਜ ਚੀਮਾ ਸਿਟਿੰਗ MLA ਨੂੰ ਮਿਲ ਗਈ ਤੇ ਉੱਥੇ ਰਾਣਾ ਗੁਰਜੀਤ ਵੀ ਉਹਦਾ ਵਿਰੋਧ ਕਰ ਰਹੇ ਨੇ। ਸਿਰਫ ਵਿਰੋਧ ਨਹੀਂ ਕਰ ਰਹੇ, ਉਹਨਾਂ ਨੇ ਉਹਨਾਂ ਦੇ ਨਾਲ ਚੈਲੰਜ ਕੀਤਾ ਉਹਨਾਂ ਨੂੰ, ਨਵਤੇਜ ਚੀਮਾ ਨੂੰ, ਕਿ ਜੇ ਤੂੰ ਜਿੱਤ ਜਾਵੇਂ ਤੇ ਮੈਂ ਸਿਆਸਤ ਹੀ ਛੱਡ ਦੇਵਾਂਗਾ, ਤੈਨੂੰ ਜਿੱਤਣ ਨਹੀਂ ਦੇਵਾਂਗਾ ਜੋ ਮਰਜ਼ੀ ਹੋ ਜਾਏ। ਹੁਣ ਜੇ ਪਾਰਟੀ ਦੇ ਉਮੀਦਵਾਰ ਪਾਰਟੀ ਨੂੰ ਇਸ ਤਰ੍ਹਾਂ ਹਰਾਉਣ ਲੱਗਣਗੇ ਤੇ ਫਿਰ ਚੰਨੀ ਦਾ ਜਿਹੜਾ ਓਵਰ ਕੌਨਫੀਡੈਂਸ ਹੈ ਤੇ ਉਹਦੇ ਜਿਹੜੇ ਦੌਰੇ ਨੇ ਉਹ ਪਾਰਟੀ ਨੂੰ ਪਾਰ ਨਹੀਂ ਲਾ ਸਕਦੇ। ਜੀ ਜੀ ਸੰਧੂ ਸਾਹਿਬ, ਬਹੁਤ ਸਾਰੀ ਵਿਸਤ੍ਰਿਤ ਜਾਣਕਾਰੀ ਤੇ ਬਹੁਤ ਸਾਰੀਆਂ ਖ਼ਬਰਾਂ ਤੇ ਜਿੰਨੇ ਆਪਾਂ ਕਈ ਸੂਬੇ ਅੱਜ ਆਪਣੀ ਚਰਚਾ ਦੇ ਦੌਰਾਨ ਘੁੰਮ ਲਏ ਹੈ, ਸਾਰੀਆਂ ਖ਼ਬਰਾਂ ਤੇ ਸਾਰੀਆਂ ਜਾਣਕਾਰੀਆਂ ਵਾਸਤੇ ਬਹੁਤ ਧੰਨਵਾਦ ਸੰਧੂ ਸਾਹਿਬ, ਥੈਂਕ ਯੂ ਸੋ ਮਚ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਸ਼ੁਕਰੀਆ।